Alcohol consumption is injurious to health. दारू पीना सेहत लिए हानिकारक है. गल सुन सरपंचा, मेरा मुंडा 16 आने सही आ, दिन पर रात पढ़दा, कोई नशा नहीं करता. मैं गारंटी दिना आपके मुंडे की, ये सारा जबड़ लाना ही गलत आ. ओ गल सुनो काका, तू गया सी भाने घरे? ओ जी मैं जी, ओ जी मैं जी. ओ की ओ मैं करी जाना? ओ ओ जी मैं जी. गबरू लगता है बूथा देखो सड़े होने का चिट्टा पी पी के किवें होया डरदा यह लाउंदा काले कुत्ते का दू नहीं छड़दा. मेरा मुंडा सही है. साडे घर सरपंच साहब सिलेंडर चक्कण आया सीगा. मैं अंदर बैठी पापा, जो मैं अंदर बैठी आवाज आई मैं तो डर गई. मैं कोई मैनू देख के सीटका मारदा. जो मैं सरपंच साहब देखा यारू ये तो अंदर भजया सिलेंडर देख के ना मैं सड़ता. मैं रौला पाता चोर चोर चोर. वह दिन मेरा पापा आ गया सी. लख मारी है पर किसी नूं घरे नहीं बुलाउंदी. बस पापा करा ली बेइज्जती. मैं तैनू कहा सी गावां दी पंचायत जान साफ नहीं बन लगा. चल चल गए बेपाने. तू इत्थे बैठा असीं प्यो दी पंचायत च लड़ी जाने आ, तू चुप करके इत्थे मुच्छां चढ़ाई जाने. ओ मैं की बोलां, सारा पिंड तेरे ते छक करी जांदा है. मैनू ते आप तेरे ते छक जी है. देख ला सरपंच साहब कमलियां दा टब्बर आ, कमलियां दा जब्बल जब्बल देख लिया. ਉਹ ਸੀ ਪਿਆ ਹਾਂ ਕੀ ਪਿਆ ਜੇ ਇਹ ਹਾਲ ਰਹੇ ਨਾ ਤੇ ਆਪਣੀ ਕੋਠੀ ਵੀ ਨਹੀਂ ਹੁੰਦੀ. ਉਹ ਟੈਨਸ਼ਨ ਕਿਉਂ ਲੈਣਾ? ਆਪਣੇ ਕੋਲੇ ਹੈਗੀ ਇੱਕ ਸਕੀਮ. ਕਿਹੜੀ? ਉਹ ਭਾਨਾ ਬਾਹਰ ਜਾਣ ਨੂੰ ਫਿਰਦਾ ਕੈਨੇਡਾ, ਤੇ ਭਾਨੇ ਦੀ ਭਾਨੂ ਦੁਬਈ 'ਚ ਵਿਆਹ ਕਰਾਉਣ ਨੂੰ ਫਿਰਦੀ ਆ. ਕਿਸੇ ਮੁੰਡੇ ਨਾਲ ਚੱਕਰ ਆ ਉਹਦਾ. ਅੱਛਾ ਭੋਨੇ ਦੋਵਾਂ ਤੇ ਗੱਦੜ ਸਿੰਘੀ. ਹੁਣ ਬਣਦੀ ਗੱਲ ਤੇਰੀ ਬ੍ਰਾਈਸ ਤੇਰਾ ਤੇ ਤੇਰਾ ਤੇ फॉलो करो मैं पानो. ਵੀਰੋ ਪੁੱਤ, ਉਹ ਵੀਰੋ ਪੁੱਤ
ਹਾਂ ਦੱਸ ਕੀ ਗੱਲ ਹੈ? ਦੋ ਫੁਲਕੇ ਲਾ ਕੇ ਲਿਆ ਕੇ ਰਸੇ ਨਾ, ਮੈਥੋਂ ਨਹੀਂ ਬਣਦੀ ਰੋਟੀ, ਆ 36 ਕੰਮ ਪਏ ਆ ਕਰਨ ਵਾਲੇ, ਨਾ 9 ਵਜੇ ਰੋਟੀ ਬਣੂ, ਸਾਰਿਆਂ ਦੇ ਨਾਲੇ ਬੈਠ ਕੇ ਖਾ ਲਈ। ਪੁੱਤ ਸਮਝਿਆ ਕਰ, ਸ਼ੂਗਰ ਹੈ, ਸ਼ੂਗਰ ਵਾਲੇ ਬੰਦੇ ਨੂੰ ਨਾ ਭੁੱਖ ਛੇਤੀ ਲੱਗਦੀ ਹੈ, ਖੋ ਪਈ ਜਾਂਦੀ ਹੈ। ਜੇ ਮੇਰਾ ਪੁੱਤ ਬਣ ਕੇ ਲਿਆ ਦੋ ਫੁਲਕੇ। ਨਾ ਇੱਕ ਵਾਰੀ ਆਖਿਆ ਨਾ ਮੈਥੋਂ ਨਹੀਂ ਬਣਦੀ, ਲੱਗਿਆ ਰੋਲੇ ਪਾਉਣਾ। ਨਾਲੇ ਮੈਨੂੰ ਇੱਕ ਗੱਲ ਦੱਸ, ਆ ਤੇਰੇ ਨਾਲ ਦੇ ਸਾਰੇ ਮਰ ਗਏ ਪਿੰਡ ਵਿੱਚ, ਤੇ ਤੂੰ ਕੀ ਕਰਦਾ ਹਜੇ ਤੱਕ ਬੈਠਾ? ਨਾ ਜੇ ਮੈਂ ਮਰ ਗਿਆ ਤੈਨੂੰ ਕੀ ਮਿਲ ਜੂ? ਛੁਟਕਾਰਾ, ਸਕੂਨ ਮਿਲ ਜੂ ਮੈਨੂੰ, ਸ਼ਾਂਤੀ ਪੈ ਜੂ ਮੇਰੇ ਕਲੇਜੇ। ਪਤਾ ਨਹੀਂ ਕਦੋਂ ਮਗਰੋਂ ਲੈਣਗੇ। ਹਾਂ ਗੱਲ ਹੈ, ਤੇ ਮੈਂ ਵੀ ਅੱਜ ਪਾਨੇ ਪਕੌੜੇ ਦਾ ਪਿਓ ਕੱਟ ਪਾਪਾ, ਅੱਜ ਤੋਂ ਕਸਮ ਖਾਨਾ, ਕਸਮ ਖਾਨਾ, ਕਸਮ ਖਾਨਾ। ਕੀ ਕਸਮ ਖਾਨਾ? ਮੈਂ ਚੰਨ ਚੜਾ ਕੇ ਹਟੂੰਗਾ। ਅੱਛਾ, ਤਾਂ ਇਹਦਾ ਮਤਲਬ ਕੱਲ ਤੋਂ ਰੋਟੀ ਤੂੰ ਆਪ ਬਣਾਏਗਾ? ਨਹੀਂ, ਮੈਂ ਵਿਆਹ ਕਰਵਾ ਕੇ ਹਟੂੰਗਾ, ਕਰਵਾ ਕੇ ਹਟੂੰਗਾ, ਕਰਵਾ ਕੇ ਹਟੂੰਗਾ। ਮੈਂ ਤੈਨੂੰ ਕਿਨੇ ਦੇਣੀ ਕੁੜੀ, ਸਿਰ ਤੇ ਤੇਰੇ ਵਾਲ ਨਹੀਂ ਜਵਾਨੀ ਚੜੀ ਬੁੱਢੇ ਨੂੰ, ਪਾਲਦਾ ਡੋਲੇ ਬੁੱਢਾ ਨਾ ਹੋਵੇ ਤਾਂ। ਸਿਰ ਤੇ ਵਾਲ ਨਹੀਂ ਤੇ ਕੀ ਹੋਇਆ, ਦਿਲ ਚ ਜਜ਼ਬਾਤ ਹੋਣੇ ਚਾਹੀਦੇ ਆ। ਬੇ ਚੁੱਪ ਕਰਕੇ ਬੈਠ ਜਾ, ਕਿਨੇ ਦੇਣੀ ਆ ਤੈਨੂੰ ਕੁੜੀ? ਕੁੜੀ ਨਹੀਂ ਤਾਂ ਭਵੇਂ 80 ਸਾਲ ਦੀ ਬੁੜੀ ਹੋਵੇ, ਪਰ ਨਬਜ਼ ਚਲਦੀ ਹੋਣੀ ਚਾਹੀਦੀ ਹੈ, ਨਬਜ਼ ਚਲਦੀ ਹੋਣੀ ਚਾਹੀਦੀ ਹੈ। ਕੀ ਨਾ ਹੋਵੇ ਤਾਂ ਬੁੱਢਾ ਕਿਸੇ ਥਾਂ ਦਾ, ਕਿੱਡੀ ਇਹਨੂੰ ਅੱਗ ਲੱਗੀ, ਜਵਾਨੀਆਂ ਚੜੀਆਂ ਇਹਨੂੰ, ਕਿਤੇ ਮੋਰ ਨਾ ਬਣਾ ਕੇ ਆ ਜੀ, ਸਿੱਧੇ ਮੂੰਹ ਘਰੇ ਮੁੜਿਆ ਹੀ। ਸਾਲਾ ਪੰਗਾ ਤਾਂ ਲੈ ਲਿਆ, ਕਸਮ ਖਾ ਬੈਠਿਆ। ਹੈ ਰੱਬ ਸੱਚਿਆ, ਤੂੰ ਹੀ ਆ, ਰੱਖ ਲਈ ਇੱਜ਼ਤ ਹੁਣ, ਕੁੜੀ ਤਾਂ ਅੱਜ ਕੋਈ ਲੱਭ ਕੇ ਮੁੜਾ ਗਈ। ਕੱਟ ਪਾਪਾ, ਕੱਟ ਪਾਪਾ, ਕੱਟ ਪਾਪਾ, ਕੱਟ ਪਾਪਾ। ਐਡੀ ਛੇਤੀ ਸੁਣ ਲਈ, ਇੰਨੀ ਸੋਹਣੀ ਆਵਾਜ਼। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬਾਹਰੋਂ ਆਈ ਹਾਂ ਫੋਰਨ ਤੋਂ। ਹਾਂਜੀ, ਮੈਂ ਤੁਹਾਡੀ ਅੰਗਲੀ ਦਾ ਸੌਰੀ ਸੁਣਦੀ। ਹਾਂਜੀ ਹਾਂਜੀ, ਮੈਂ ਨਾ ਵਿਆਹ ਕਰਾਉਣੀ ਆ। ਕਿੰਨੇ ਨਾਲ ਕਰਵਾ ਲਿਆ? ਉਹ ਨਹੀਂ, ਮੇਰੇ ਕਹਿਣ ਦਾ ਮਤਲਬ ਇਹ ਵੀ ਅਸੀਂ ਰਿਸ਼ਤੇ ਕਰਵਾਉਣੇ ਆ, ਵਿਆਹ ਕਰਾਉਣੇ। ਮੇਰਾ ਵੀ ਕਰਵਾ ਲਿਆ। ਕਰਵਾ ਲਾਂਗੇ ਜੀ, ਆ ਨੰਬਰ ਨੋਟ ਕਰੋ ਮੇਰਾ। ਹਾਂਜੀ, ਓਏ ਰੱਬਾ, ਨੰਬਰ ਤੇ ਲੱਗ ਗਿਆ। ਹਾਂਜੀ ਹਾਂਜੀ, ਨੰਬਰ ਨੋਟ ਕਰੋ। ਹਾਂਜੀ ਹਾਂਜੀ, 84 ਪੰਜਾਬੀ ਜੀ। ਹਾਂਜੀ ਹਾਂਜੀ, ਲਿਖੋ ਲਿਖੋ। 8 ਜੀ, 4 3 3 0 0 2 ਛੀਕੇ 2 ਛੀਕੇ 4 ਛੀਕੇ। ਜਦੋਂ ਮਰਜ਼ੀ ਕਾਲ ਕਰੋ, ਐਨੀ ਟਾਈਮ ਆਨ ਹੀ ਹੁੰਦਾ ਫੋਨ। ਅੱਛਾ ਜੀ ਜੀ, ਤੇ ਤੁਹਾਡੇ ਨੰਬਰ ਨਾ? ਇਹ ਨਾ ਮੇਰੇ ਭਰਾਵਾਂ ਦਾ ਨੰਬਰ ਆ। ਗੱਲ ਕਰਵਾ ਦੇਣਗੇ? ਹਾਂਜੀ ਹਾਂਜੀ, ਜਦੋਂ ਮਰਜ਼ੀ ਫੋਨ ਲਾਇਓ। ਅੱਛਾ ਜੀ, ਹਾਂਜੀ ਜੀ। ਪੱਕੇ ਆ ਨਾ? ਹਾਂਜੀ ਹਾਂਜੀ, ਪੱਕਾ ਜੀ, ਪੱਕਾ। ਓਕੇ ਬਾਏ। ਥੋੜੀ ਜੀ ਗਲਤੀ ਮੇਰੀ ਵੀ ਹੈ, ਮੈਂ ਉਹਦਾ ਮੋਬਾਈਲ ਨੰਬਰ ਵੀ ਮੰਗ ਲਿਆ ਸੀ। ਨਾ ਜੇ ਤੂੰ ਉਹਦਾ ਮੋਬਾਈਲ ਨੰਬਰ ਮੰਗਿਆ ਸੀ, ਨਾ ਫਿਰ ਤਾਂ ਤੂੰ ਸਹੇਲੀਆਂ ਵੀ ਚੱਕੀਆਂ ਹੋਣੀਆਂ, ਫਿਰ ਤਾਂ ਤੂੰ ਮੁੱਛਾਂ ਵੀ ਤਾਂ ਕੀਤੀਆਂ ਹੋਣੀਆਂ। ਘਰੇ ਲੜਾਈ ਸਾਰੀ ਦਿਹਾੜੀ, ਕਲੇਸ਼ ਕਲੇਸ਼ ਕਲੇਸ਼। ਕੱਟ ਪਾਪਾ, ਕਿਸ ਤਰ੍ਹਾਂ ਆ? ਆਉਣਾ ਕੀ ਆ ਸਰਪੰਚ ਸਾਹਿਬ, ਥੋੜ੍ਹੀ ਜਿਹੀ ਗਰ ਜਾਣ ਪਈ, ਪੈਸੇ ਚਾਹੀਦੇ ਸੀ। ਪੈਸੇ ਕੀ ਕਰਨੇ ਸੀ ਪੈਸੇ? ਉਹ ਜੀ, ਮੈਂ ਜੀ ਥੋੜ੍ਹਾ ਜਿਹਾ ਵਿਆਹ ਕਰਾਉਣ ਲੱਗਾ ਸੀ। ਵਿਆਹ? ਇਸ ਉਮਰੇ ਵਿਆਹ? ਕੀ ਦੱਸਾਂ ਸਰਪੰਚ, ਰੋਟੀ ਪਾਣੀ ਵੱਲ ਔਖਾ ਸੀ, ਭਾਨੇ ਦੇ ਘਰ ਦੀ 100-100 ਗੱਲਾਂ ਕਰਦੀ ਸੀ, ਬਸ ਮੈਨੂੰ ਗੁੱਸਾ ਆ ਗਿਆ ਅਤੇ ਮੈਂ ਇੱਕ ਦਿਨ ਕੱਢ ਲਈ ਕਿਰਪਾਨ ਅਤੇ ਕਸਮ ਖਾ ਬੈਠਾ ਕਿ ਮੈਂ ਚੰਦ ਚੜ੍ਹਾ ਕੇ ਹਟੂੰਗਾ, ਵਿਆਹ ਕਰਵਾ ਕੇ ਹਟੂੰਗਾ, ਜੋ ਕਰਵਾਉਣਾ ਹੈ ਸਰਪੰਚਾਂ ਨੇ। ਕੀ ਕਰਦੀ ਆ ਬੂਟੀ? ਬੂਟੀ ਨਹੀਂ ਸਰਪੰਚ ਸਾਹਿਬ,
ਕੁੜੀ ਆ ਕੁੜੀ ਆਪਣੇ ਉਹ ਕੀਪਾ ਤੇ ਸੀਪਾ ਨੀ ਉਹਨਾਂ ਦੀ ਭੈਣ ਰਿਸ਼ਤਾ ਕਰਾਉਂਦੀ ਹੈ ਪੈਸੇ ਤਾਂ ਤੈਨੂੰ ਮੈਂ ਦੇ ਦਿੰਦਾ ਤੇਰੇ ਨਾਲ ਯਾਰੀ ਆ ਕੱਟ ਪਾਪਾ ਪਰ ਮੈਨੂੰ ਲੱਗਦਾ ਨਹੀਂ ਇਹ ਰਿਸ਼ਤਾ ਸਿਰੇ ਚੜੂਗਾ ਲੱਗਦਾ ਤਾਂ ਮੈਨੂੰ ਵੀ ਨਹੀਂ ਚੱਲ ਛੱਡ ਯਾਰ ਤੂੰ ਪੈਸੇ ਦੇ ਸਰਪੰਚਾ ਸਿਰੇ ਮੈਂ ਆਪੇ ਚੜਾ ਲਊਂ ਹੇ ਬ੍ਰੋ ਤੁਸੀਂ ਆਪਣੇ ਆਪਣੇ ਟਾਰਗੇਟ ਬਾਰੇ ਸੋਚੋ ਮੇਰੇ ਤਾਂ ਟਾਰਗੇਟ ਦਾ ਫੋਨ ਆਉਣ ਹੀ ਵਾਲਾ ਹੈ ਕਿਆ ਆ ਗਿਆ ਨਾ ਫੋਨ ਹੈਲੋ ਹੈਲੋ ਕੱਟ ਪਾਪਾ ਹੀ ਬੋਲ ਰਿਹਾ ਜੀ ਕੱਟ ਪਾਪਾ ਕੱਟ ਪਾਪਾ ਕੱਟ ਪਾਪਾ ਹਾਂਜੀ ਸਤਿ ਸ਼੍ਰੀ ਅਕਾਲ ਆਪਣੀ ਪੇਮੈਂਟ ਦਾ ਅਰੇਂਜਮੈਂਟ ਹੋ ਗਿਆ ਹੋ ਗਿਆ ਜੀ ਹੋ ਗਿਆ ਪੈਸੇ ਦਾ ਇੰਤਜ਼ਾਮ ਹੋ ਗਿਆ ਲੈ ਮੈਂ ਸਰਪੰਚ ਸਾਹਿਬ ਤੋਂ ਤੁਹਾਡਾ ਫੜ ਲਿਆ ਹਾਂਜੀ ਹਾਂਜੀ ਮੈਨੂੰ ਗੁੱਸਾ ਬੜੀ ਜਲਦੀ ਆ ਜਾਂਦਾ ਨਾ ਓਕੇ ਤੁਹਾਨੂੰ ਕੁੜੀ ਦਿਖਾ ਦਿੰਦੇ ਆ ਤੁਸੀਂ ਪੇਮੈਂਟ ਲੈ ਕੇ ਫਿਰ ਜਲਦੀ ਆ ਜਾਓ ਮੈਨੂੰ ਸ਼ਾਂਤੀ ਨਹੀਂ ਆਉਂਦੀ ਮੈਨੂੰ ਜਲਦੀ ਕੁੜੀ ਦੱਸ ਨਹੀਂ ਤਾਂ ਲੋਸ ਹੋ ਜਾਣਾ ਪੇਮੈਂਟ ਦਾ Please apne seatbelt bandla canada on wallahai okay angrezi inni da chaam bajaundi hai bhande nu bhada pahunch gaya canada e ya lani da pahunch laya koi nasha chyan chi jag land kar lagya ਮੈਂ ਤਾਂ ਫੇਰ ਇੰਡੀਆ 'ਚ ਹੀ ਆ ਗਿਆ ਹਲੇ ਮੈਂ ਜਹਾਜ਼ ਲੈਂਡ ਹੀ ਕਰਨ ਲੱਗਿਆ ਸੀ ਮੇਮਾ 'ਚ ਜਾਣ ਲੱਗਿਆ ਸੀ ਪਹਿਲਾਂ ਹੀ ਟਾਚਾ ਮੈਨੂੰ ਕੈਨੇਡਾ ਗਿਆ ਸੀ ਹਲੇ ਨਾ ਮੈਂ ਵੀ ਜਹਾਜ਼ ਦੇ ਵਿੱਚ ਬੈਠਾ ਆਏ ਹਾਏ ਇੰਨਾ ਨਜ਼ਾਰਾ ਆਈ ਜਾਂਦਾ ਸੀ ਜਹਾਜ਼ 'ਚ ਮੈਂ ਤੈਨੂੰ ਦੱਸ ਨਹੀਂ ਸਕਦਾ ਨੀ ਮੇਮਾ ਹੀ ਮੇਮਾ ਵਿੱਚ ਕਰ ਰਹੀਆਂ ਸੀ ਹਲੇ ਜਹਾਜ਼ ਉਤਰਨ ਲੱਗਿਆ ਸੀ ਉਹਦੀ ਮੇਰੀ ਅੱਖ ਖੁੱਲ ਗਈ ਨਾ ਤੂੰ ਉੱਥੇ ਮੇਮਾ ਦੇਖਦਾ ਸੀ ਨਾ ਮੇਰੇ ਹੁੰਦੇ ਹੋਏ ਮੇਮਾ ਦੇਖਦਾ ਸੀ ਨਾ ਤੂੰ ਉੱਥੇ ਮੇਮਾ ਦੇਖਣ ਜਾਣਾ ਨਾ ਮੈਂ ਕੰਮ ਕਰਨ ਜਾਊਂਗਾ ਤੂੰ ਬੇਫਿਕਰ ਰਹਿ ਜਦੋਂ ਭਾਨਾ ਕੈਨੇਡਾ ਜਾ ਵੜਿਆ ਜਾਣ ਸਾਰੀ ਡਾਲਰ ਤੋੜਿਆ ਕਰੂ ਚੈੱਕ ਵੀਰੋ ਚੈੱਕ ਵੀਰੋ ਚੈੱਕ ਵੀਰੋ ਭਾਨੇ ਫਿਰ ਤਾਂ ਤੂੰ ਮੈਨੂੰ ਵੀ ਛੇਤੀ ਸੱਦ ਲਈ ਮੈਂ ਵੀ ਉੱਥੋਂ ਡਾਲਰ ਤੋੜਿਆ ਕਰੂ ਆ ਕਿਹਨੂੰ ਫੜਾਤੇ ਹੋਰ ਇੱਕ ਹੀ ਡੇਲਰ ਦਿੱਤੇ ਨੇ ਗੱਲ ਸੁਣ ਤੈਨੂੰ ਜਾਨ ਸਾਰੀ ਛੱਡ ਲੂੰਗਾ ਪਰ ਇੱਕ ਗੱਲ ਆ ਆਪਣੇ ਲੱਡੂ ਹੋਣੀ ਇੱਥੇ ਹੀ ਰਹਿਣਗੇ ਨਾ ਲੱਡੂ ਇੱਥੇ ਕਿਉਂ ਰਹੂਗਾ ਭਾਨੇ ਉਹਨੂੰ ਤਾਂ ਮੈਂ ਨਾਲ ਹੀ ਲੈ ਕੇ ਜਾਊਂਗੀ ਲੈ ਉਹਨੂੰ ਨਾਲ ਲੈ ਕੇ ਜਾਊਂਗੀ ਅਕਸਰ ਨੂੰ ਮਗਰ ਵੀ ਕੋਈ ਕਾਰੋਬਾਰ ਦੇਖਣ ਵਾਲਾ ਚਾਹੀਦਾ ਘਰੇ ਨਾ ਭਾਨੇ ਮੈਨੂੰ ਇੱਕ ਗੱਲ ਦੱਸ ਨਾ ਤੇਰੇ ਟਰਾਲੇ ਚੱਲਦੇ ਐ ਤੇਰੇ ਸਮੈਕ ਦਾ ਬਿਜ਼ਨਸ ਚੱਲਦਾ ਹੈ ਹੈ ਨਾ ਦੱਸੀ ਮੈਨੂੰ ਤੇਰੀਆਂ ਔਰਬਿਟ ਬੱਸਾਂ ਚੱਲਦੀਆਂ ਨਾ ਤੂੰ ਤਾਜ ਮਹਿਲ ਪਾਇਆ ਜਿਹਨੂੰ ਸਾਂਭਣ ਵਾਸਤੇ ਤੈਨੂੰ ਲੱਡੂ ਇੱਥੇ ਰੱਖਣਾ ਪਊ ਮੈਂ ਤਾਂ ਲੱਡੂ ਨੂੰ ਨਾਲ ਹੀ ਲੈ ਕੇ ਜਾਊਂਗੀ ਓਏ ਲੈ ਚੱਲੀ ਲੈ ਚੱਲੀ ਗੱਲ ਹੀ ਕੋਈ ਨਹੀਂ ਇੱਕ ਵਾਰੀ ਕੈਨੇਡਾ ਜਾਣ ਦੇ ਤਾਂ ਸਹੀ ਆ ਕਿਹਨੇ ਬਾਹਰ ਖੜਕਾਇਆ ਕਿਹੜਾ ਭਈਆ ਕੌਣ ਆ ਓਏ ਆਏ ਆਏ ਦਰਵਾਜ਼ਾ ਨਾ ਤੋੜ ਦਿਓ ਤੇ ਕਿਹੜਾ ਉਹ ਪਾਣਾ ਜੀ ਬੂਆ ਖੋਲੋ ਆਪਣੇ ਘਰੇ ਖੁਦ ਚੱਲ ਕੇ ਆ ਜਾਓ ਸਰਦਾਰ ਜੀ ਆ ਜਾ ਬੱਜਿਆ ਡੇ ਛੋਟੇ ਆਸਤੇ ਵਾ ਆ ਜਾ ਆ ਜਾ ਆ ਜਾ ਲੈ ਕਿੱਟੀ ਬੁੱਟੀ ਤਾਂ ਨਹੀਂ ਲੱਗੀ ਕਦੇ ਕਿੱਟੀ ਬੁੱਟੀ ਲੱਗੀ ਹੋਵੇ ਕਦੇ
ਐ ਕਰ ਭਗਵਾਨ ਨੇ ਦੁੱਧ ਲੈ ਕੇ ਆ ਇਹਨਾਂ ਵਾਸਤੇ ਨਾ ਮੈਂ ਹੁਣੇ ਜਾਂਦੀ ਹਾਂ ਦੁੱਧ ਲੈ ਆਉਂਦੀ ਹਾਂ ਮੈਂ ਦੁੱਧ ਲੈ ਕੇ ਆਓ ਇਹ ਧੰਨ ਭੈਣ ਜੀ ਤੁਹਾਡੇ ਜਿਹੜਾ ਤੁਸੀਂ ਮੈਨੂੰ ਗਰੀਬ ਬੰਦੇ ਨੂੰ ਕੈਨੇਡਾ ਪਹੁੰਚਾਉਣ ਵਾਸਤੇ ਸੋਚਿਆ ਆਪਣਾ ਕੀ ਸਿਸਟਮ ਹੈ ਕਿਵੇਂ ਭੇਜੋਗੇ ਮੈਨੂੰ ਕੈਨੇਡਾ ਜਿੱਦਾਂ ਤੁਹਾਡਾ ਵਿਆਹ ਕਰਕੇ ਤੁਹਾਨੂੰ ਬਾਹਰ ਭੇਜਾਂਗੇ ਉਹ ਹੌਲੀ ਬੋਲ ਹੌਲੀ ਜੇ ਉਹਨੇ ਚੜੇਲ ਨੇ ਸੁਣ ਲਿਆ ਉਹ ਤਾਂ ਮੇਰਾ ਗੱਲ ਨੱਪਦੂ ਵਿਆਹ ਤਾਂ ਮੈਂ ਕਰਾਉਂਗਾ ਪਰ ਕੈਨੇਡਾ ਜਾ ਕੇ ਉਹ ਭਾਨਾ ਜੀ ਇਹਦੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਤੁਹਾਨੂੰ ਕੈਨੇਡਾ ਏਜੰਟ ਦੇ ਥਰੂ ਭੇਜਾਂਗੇ ਸਾਡੇ ਕੋਲ ਏਜੰਟ ਹੈ ਠੀਕ ਹੈ ਆਪਣਾ ਦੂਜਾ ਕੀ ਕਹਿੰਦੇ ਹੁੰਦੇ ਵੀ ਖਰਚਾ ਕਿੰਨਾ ਕਾ ਜੀ ਖਰਚਾ ਕੁੱਲ ਮਿਲਾ ਕੇ 20 ਲੱਖ ਤਾਂ ਆਈ ਜਾਏਗਾ 20 ਲੱਖ ਰੁਪਈਆ ਫਿਰ ਤੁਸੀਂ ਦਫਾ ਹੋਵੋ 20 ਲੱਖ ਰੁਪਈਆ ਨਹੀਂ ਅਸੀਂ ਆਪਦੇ ਗੜੇ ਵੇਚ ਦਈਏ ਕਟਪੱਪੇ ਵਾਲਾ ਥਾਂ ਵੇਚ ਦਈਏ ਆਹ ਮਸ਼ੀਨ ਵੀ ਨਵੀਂ ਲਿਆਂਦੀ ਹੈ ਇਹ ਵੀ ਵੇਚ ਦਈਏ ਤਾਂ ਵੀ ਪੈਸੇ ਨਹੀਂ ਪੂਰੇ ਹੋਣੇ ਤੁਸੀਂ ਕਿਹਨੇ ਕੋ ਕਰ ਸਕਦੇ ਹੋ ਅਸੀਂ ਜੀ ਆਪਣਾ ਮੈਡਮ ਜੀ ਦੇਖੋ ਜੇ ਮੈਂ ਆਪਦੇ ਸਹੁਰਿਆਂ ਤੋਂ ਪੈਸੇ ਮੰਗੇ ਉਹ ਤਾਂ ਮਿਲਿਆਂਗਾ ਇੱਕ ਨੰਬਰ ਦੇ ਉਹਨਾਂ ਨੇ ਤਾਂ ਦੁੱਕੀ ਨਹੀਂ ਦੇਣੀ ਮੇਰੇ ਸਾਲੇ ਮੈਨੂੰ ਦੇਖ ਕੇ ਤਾਂ ਉਹੀ ਮੱਚਣ ਲੱਗ ਜਾਂਦੇ ਆ ਉਹ ਜੇ ਮੈਂ ਉਹ ਤੋਂ ਮੰਗੇ ਭੂਆ ਵਾਲੇ ਉਹਦੇ ਵੀ ਨਹੀਂ ਦੇਣੇ ਕੁਛ ਇੱਧਰੋਂ ਮੰਗੇ ਉੱਧਰੋਂ ਫੌਜੀ ਸਾਹਿਬ ਹਾਂ ਫੌਜੀ ਸਾਹਿਬ ਹੋ ਗਏ ਇਹ ਹੋ ਗਿਆ ਦੇਖੋ ਜੀ ਜਿੰਨਿਆਂ ਬੰਦਿਆਂ ਤੋਂ ਮੈਂ ਹੁਣ ਪੈਸੇ ਮੰਗੇ ਆ 18 ਨੇ ਜਵਾਬ ਦਿੱਤਾ 20 ਤੋਂ ਮੰਗੇ ਸੀ ਮੇਰੇ ਕੋਲ ਤਾਂ ਜੀ 2 ਲੱਖ ਰੁਪਈਏ ਦਾ ਇੰਤਜ਼ਾਮ ਉਹ ਬਸ ਬਸ ਯਾਰ ਮੇਰੀ ਗੱਲ ਸੁਣੋ ਗੱਲ ਸੁਣੋ ਗੱਲ ਸੁਣੋ ਗੱਲ ਸੁਣੋ ਮੇਰੀ 2 ਲੱਖ 'ਚ ਸੈਟਿੰਗ ਹੋਣੀ ਇਸ ਤੋਂ ਜ਼ਿਆਦਾ ਇੱਕ ਪੈਸਾ ਨਹੀਂ ਦੇਣਾ ਅੱਛੇ ਤਿੱਥੇ ਦੀ ਨਾਂ ਨੋਟ ਕਰੋ ਭਾਨਾ ਸਨ ਆਫ ਕਟ ਪਾਪਾ ਅੱਜ ਪਾਪਾ ਸਿੰਘ ਲਾ ਦਿਓ ਮਗਰ ਸਰਦਾਰ ਜੀ ਉਹ ਚੱਲ ਚਲੋ ਸਿੰਘ ਵੀ ਲਾ ਲਓ ਨਾਲ ਯਾਰ ਹਾਂ ਹਾਂ ਬਸ ਬਸ ਇਸ ਤੋਂ ਜ਼ਿਆਦਾ ਪੈਸੇ ਨਹੀਂ ਦੇਣੇ ਅਸੀਂ ਬਸ ਗੱਲ ਖਤਮ ਲਓ ਭਾਨਾ ਜੀ 2 ਲੱਖ 'ਚ ਗੱਲ ਪੱਕੀ ਕਰਤੀ ਆਪਾਂ ਇਸ ਉੱਤੇ 1 ਰੁਪਈਆ ਨਹੀਂ ਦੇਣਾ ਆਪਾਂ ਉਹਨਾਂ ਨੂੰ ਵਧਾਈਆਂ ਜੀ ਵਧਾਈਆਂ ਤੁਸੀਂ ਇੰਨਾ ਕੀਤਾ ਤੇ ਮੈਨੂੰ ਕੈਨੇਡਾ ਭੇਜੋਗੇ ਕਦੋਂ ਫਿਰ ਬਸ ਬਸ ਤੁਸੀਂ ਰਕਮ ਜਮ੍ਹਾਂ ਕਰਾਓ ਤੁਹਾਨੂੰ ਕੈਨੇਡਾ ਭੇਜ ਦਿੰਦੇ ਆ ਰਕਮ ਜਮ੍ਹਾਂ ਹੈ ਆਪਣਾ ਨਾ ਵੀਰ ਜੀ ਆ 2 ਲੱਖ ਐਡੀ ਵੱਡੀ ਰਕਮ ਹੁੰਦੀ ਹੈ ਵੀਰ ਜੀ ਇਹ ਸਾਨੂੰ 5-7 ਦਿਨ ਦਿਓ ਪੈਸੇ ਕਿਹੜਾ ਘਰੇ ਪਏ ਆ ਅਸੀਂ ਇਕੱਠੇ ਕਰਕੇ ਤੁਹਾਨੂੰ ਫੋਨ ਕਰ ਦਿਆਂਗੇ ਚਲੋ ਠੀਕ ਹੈ ਫਿਰ ਜਦੋਂ ਤੁਸੀਂ ਰਕਮ ਜਮ੍ਹਾਂ ਕਰਾ ਦੋਗੇ ਤੁਹਾਨੂੰ ਕੈਨੇਡਾ ਭੇਜ ਦਾਂਗੇ ਹਾਂਜੀ ਪਰ ਕੋਸ਼ਿਸ਼ ਕਰਨਾ ਵੀ ਜਲਦੀ ਇਕੱਠੇ ਕਰੋ ਕੋਈ ਗੱਲ ਨਹੀਂ ਜੀ ਜਦੋਂ ਪੈਸੇ ਆ ਗਏ ਮੈਂ ਤੁਹਾਨੂੰ ਉਦੋਂ ਹੀ ਫੋਨ ਕਰ ਦੂੰਗਾ ਵੀ ਪੈਸੇ ਆ ਗਏ ਤੁਸੀਂ ਜਿੱਥੇ ਜੱਛੋਗੇ ਅਸੀਂ ਜੀ ਰਕਮ ਲੈ ਕੇ ਉਹ ਠੂ ਦੇ ਕੇ ਪਹੁੰਚ ਜਾਾਂਗੇ ਮੈਂ ਕੰਮ ਕਰ ਪਾਪਾ ਆਓ ਦੇਖੋ ਆਪਣੇ ਸੁਪਨਿਆਂ ਦੀ ਰਾਣੀ ਉਹ ਪਰ ਪਾਪਾ ਜੀ ਇੱਥੇ ਕੀ ਵੇਖਣ ਦੇ ਹੋ ਓਏ ਉੱਧਰ ਜਾਓ ਹਾਂ ਉੱਧਰ ਜਾਓ ਤੇ ਮੈਂ ਕੀ ਆ ਨਹੀਂ ਸੁਪਨਿਆਂ ਦੀ ਰਾਣੀ ਆ ਜਾ ਆ ਜਾ ਉਹ ਕਟ ਬਾਬਾ ਜੀ ਆਪਾਂ ਕੁੜੀਆਂ ਕੁਸ਼ਤੀ ਖੇਡਣੀ ਹੈ ਮਿਲੋ ਨਾ ਆਇਓ 2 ਮਿੰਟ ਮਿਲੋ ਤੇ ਜਾਓ ਚਲ 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 ਜਲਦੀ ਕਰੋ ਟਾਈਮ ਘੱਟ ਹੈ ਜਲਦੀ ਕਰੋ ਬੜੀ ਮੁਸ਼ਕਲ ਟਾਈਮ ਲਿਆ ਕੁੜੀ ਕੋਲੋਂ ਸਸਿਕਾ ਜੀ ਤੁਹਾਨੂੰ ਮੈਂ ਪਸੰਦ ਹੈ ਨਹੀਂ ਵਰਗਾ ਮੁਕੜਾ ਦੇਖ ਸਕਦਾ ਕਿਉਂ ਇਹ ਗਲਤੀ ਕਰਦੇ ਪਏ ਜਨਾਬ ਇਹ ਗਲਤੀ ਨਾ ਕਰੋ ਨਾਲੇ ਜੀ ਵਿਆਹ ਤੋਂ ਪਹਿਲਾਂ ਸਾਡੇ ਰਿਵਾਜ ਆ ਮੂੰਹ ਨਹੀਂ ਵਿਖਾਉਂਦੇ ਅੱਛਾ ਜੀ ਓਏ ਹੁਣ ਤਾਂ ਕੁੜੀਆਂ ਕਿਹਾ ਤਾ ਚਲੋ ਕੋਈ ਗੱਲ ਨਹੀਂ ਬਾਅਦ ਇਕੱਠੇ ਦੇਖ ਲਾਂਗੇ ਹਾਂ ਚਲੋ ਆ ਜਾਓ ਆ ਜਾਓ ਆ ਜਾਓ ਆ ਜਾਓ ਜਲਦੀ ਹੋ ਟਾਈਮ ਹੋ ਗਿਆ ਟਾਈਮ ਆ ਜਾਓ ਆ ਜਾਓ ਆ ਜਾਓ ਸੀ ਫੇਰ ਓ ਆ ਜਾਓ ਆ ਜੀ ਆ ਜਾਓ ਆ ਜਾਓ ਆ ਜਾਓ ਹੋ ਜਾਓ ਨਾ ਹੋ ਜਾਓ ਨਾ ਚਲ ਚਲੋ ਚਲੋ ਜਲਦੀ ਕਰੋ ਜਲਦੀ ਕਰੋ ਕੋਈ ਨੀ ਕੁੜੀ ਲੈ ਕੇ ਚੱਲਾਂਗੇ ਆਪਾਂ ਵਿਆਹ ਕੇ ਚੱਲਾਂਗੇ ਕੁੜੀ ਚਲੋ ਚਲੋ ਵਿਆਹ ਕੇ ਚੱਲਾਂਗੇ ਚਲੋ ਪਹਿਲਾਂ ਪਾਪਾ ਜੀ ਚਲੋ ਗੱਲ ਨਹੀਂ ਬਣਦੀ
ਕੰਮ ਫਿਰ ਕਰ ਯਾਰ ਕਿ ਬਾਅਦ ਚ ਨਿਕਲਦੀ ਨਹੀਂ ਵੇਖਾ ਕਿੱਦਾਂ ਸੰਗ ਪਾੜੀ ਜਾਂਦੀ ਹੈ ਵੱਡੀ ਮਿਸ ਪੂਜਾ ਨਾ ਬਹਿ ਜਾ ਵੱਡੀ ਸਿੰਗਰ ਨਾ ਬਣੀ ਫਿਰ ਨੀ ਬਾਇਤਲੇ ਮੈਥੋ ਰੋਜ ਨਹੀਂ ਪੰਕੀ ਦਾ ਨੀ ਨਹੀਂ ਪੰਕੀ ਦਾ ਨੀ ਪੈਰ ਫੜਾ ਲਾ ਨੀ ਬਾਇਤਲੇ ਨਾ ਪੌਂਕ ਕੁੱਤੀ ਸਾਰੀ ਦਿਹਾੜੀ ਲੜਨ ਨੂੰ ਤਿਆਰ ਰਹਿੰਦੀ ਆ ਨੀ ਤੂੰ ਚੁੱਪ ਕਰ ਜਾ ਬਾਖਾਂ ਚੀਰ ਦੂੰ ਮੈਂ ਤੇਰੀਆਂ ਦਿਮਾਗ ਖਰਾਬ ਕੀਤਾ ਨਾ ਉੱਠ ਕੇ ਕੋਈ ਕੰਮ ਕਰ ਲਾ ਸਾਰੀ ਦਿਹਾੜੀ ਮੰਜਾ ਸਾਂਭ ਕੇ ਬੈਠੀ ਰਹਿਣੀ ਹੈ ਨੀ ਚੁੱਪ ਕਰ ਗਿਆ ਮੈਥੋ ਤੇਰੇ ਪੈਰ ਫੜਾ ਲਾ ਨੀ ਮੈਨੂੰ ਆਏ ਲੱਗੀ ਜਾਂਦਾ ਮੇਰੇ ਤਾਂ ਸਿਰ ਦਾ ਪਟਾਕਾ ਪਊਗਾ ਚੁੱਪ ਕਰ ਜਾ ਮੈਂ ਮਾਰੂ ਕੜਛੀ ਮੂੰਹ ਦੇ ਲੈ ਸਤਿ ਸ਼੍ਰੀ ਦੀਦੀ ਤੁਸੀਂ ਆ ਹਾਂ ਤੁਸੀਂ ਦੱਸਿਆ ਹੀ ਨਹੀਂ ਗੱਲ ਤੁਸੀਂ ਆ ਰਹੇ ਹੋ ਤੁਸੀਂ ਮੈਨੂੰ ਫੋਨ ਨਹੀਂ ਕੀਤਾ ਸੀਗਾ ਕਿ ਅਸੀਂ ਤਿੰਨੋਂ ਭੈਣ ਭਰਾ ਬਿਆਸੀ ਚ ਸੀਗੇ ਅੱਛਾ ਤੇ ਫਿਰ ਮੈਨੂੰ ਫੋਨ ਦਾ ਪਤਾ ਨਹੀਂ ਲੱਗਾ ਮੈਂ ਤਾਂ ਕੋਠੀ ਵੀ ਨਹੀਂ ਗਈ ਸਿੱਧੀ ਤੁਹਾਡੇ ਕੋਲ ਹੀ ਆਈ ਆ ਤੁਸੀਂ ਮੈਨੂੰ ਫੋਨ ਕਰ ਦੇਣਾ ਸੀਗਾ ਮੈਂ ਤਿਆਰ ਹੋ ਜਾਣ ਦੀ ਆ ਮੇਰਾ ਫੋਨ ਹੀ ਬੰਦ ਆ ਰਿਹਾ ਸੀਗਾ ਅੱਛਾ ਮੇਰਾ ਫੋਨ ਬੰਦ ਯਾਰ ਤੇ ਸਵੱਚ ਨਾ ਪਤਾ ਨਹੀਂ ਕੀ ਗੱਲ ਹੋ ਗਈ ਪਤਾ ਨਹੀਂ ਮੈਂ ਗਈ ਸੀ ਵੀ ਇਹਦਾ ਕੁਛ ਪੈਂਦਾ ਵਿੱਚ ਇਹਦਾ ਜ਼ੋਰ ਜਲੀ ਲੱਗਦਾ ਗਾ ਹਾਂ ਓ ਸੁਣਾ ਲੈ ਵੀਰੇ ਆ ਜਾ ਭਾਈ ਜਾ ਹਾਂ ਤੂੰ ਖੜਾ ਸੁੱਖ ਨਾਲ ਨਹੀਂ ਇਹ ਕੌਣ ਹੈ ਮੈਂ ਕਿਉਂ ਦੱਸਾਂ ਇਹ ਤਾਂ ਰਾਜ ਦੀ ਗੱਲ ਹੈ ਹਾਏ ਮੈਂ ਮਰ ਜਾਂ ਤੇ ਇਹ ਆ ਉਹ ਰਾਜ ਨੀ ਨਾ ਤੂੰ ਸੁਣ ਲਾ ਨਾ ਆ ਮੇਰੀ ਭੈਣ ਲੱਗਦੀ ਐ ਆ ਮੇਰਾ ਭਰਾ ਲੱਗਦਾ ਈ ਓ ਨੀ ਤੇਰੇ ਅਰਗੀਆਂ ਦੇ ਭਰਾ ਨਹੀਂ ਹੁੰਦੇ ਆ ਤੇਰੇ ਅਰਗੀਆਂ ਦੇ ਤਾਂ ਯਾਰ ਹੁੰਦੇ ਆ ਯਾਰ ਨਾ ਭੋਂਕ ਨੀ ਆਏ ਕਾਹੇ ਦਾ ਦੇਖ ਲਾ ਓ ਬਸ ਭੈਣ ਜੀ ਬਸ ਕਰੋ ਬਸ ਕਰੋ ਬਸ ਕਰੋ ਭਾਨੋ ਬਸ ਕਰ ਤੂੰ ਹੀ ਚੁੱਪ ਕਰ ਜਾ ਕੀ ਗੱਲ ਹੋ ਗਈ ਗੱਲ ਕੀ ਵਾੜੀ ਭਾਣਾ ਪਿੱਟੇ ਸਾਰੀ ਦਿਹਾੜੀ ਲੜ ਨੂੰ ਪੂਸ ਚੱਕੀ ਰੱਖਦੀ ਆ ਜਿੰਨਾ ਚਿਰ ਇਹ ਭਾਨੇ ਭਗੌੜੇ ਦੀ ਸਰਵਿਸ ਨਹੀਂ ਕਰਦੀ ਉਹਨਾਂ ਚਿਰ ਭਾਨਾ ਭਗੌੜਾ ਪਿਓ ਦੀ ਸਰਵਿਸ ਨਹੀਂ ਕਰਦਾ ਮੈਂ ਇਹਦੀ ਸਰਵਿਸ ਨਹੀਂ ਕਰਦੀ ਇਹ ਨਹੀਂ ਲੋਟ ਆਉਂਦੀ ਇਹ ਤਾਂ ਤਿੰਨ ਚਾਰ ਵਾਰੀ ਸਰਵਿਸ ਕਰ ਫੇਰ ਲੋਟ ਰਹਿੰਦੀ ਆ ਚੱਲ ਭਾਨੋ ਚੱਲ ਸਾਡੇ ਕੋਲ ਟਾਈਮ ਹੈ ਨਹੀਂ ਅਸੀਂ ਛੇਤੀ ਜਾਣਾ ਮੁੱਦੇ ਦੀ ਗੱਲ ਕਰੀਏ ਜਿਹੜੀ ਗੱਲ ਕਰਨੀ ਮੁੱਦੇ ਦੀ ਗੱਲ ਇਹ ਆ ਦੇਖ ਨਾ ਮੇਰੀ ਨਾ ਫਿਰੋਜ਼ਪੁਰ ਤੋਂ ਵਿਜੇ ਵਿਜੇ ਦੁਬਈ ਚ ਗਿਆ ਵਾ 2 ਸਾਲ ਹੋ ਗਏ ਪਹਿਲਾ ਟਰਾਲਾ ਚਲਾਂ ਦਾ ਤੇ ਹੁਣ ਉਹਦਾ ਪੱਕੀ ਸਾਰੀ ਰਕਮ ਬੋੜਾ ਕੰਮ ਸੈੱਟ ਆ ਉਹਦਾ ਤਾਂ ਮੇਰੀ ਉਹਦੇ ਨਾਲ ਫਰੈਂਡ ਸਿਪ ਆ ਪਰ ਮੇਰਾ ਭਾਨਾ ਭਗੌੜਾ ਭਰਾ ਤੇ ਕਟੱਪਾ ਨਹੀਂ ਮੰਨਦੇ ਮੇਰੀ ਮਿਹਨਤ ਵਾਲੀ ਗੱਲ ਹੈ ਜੇ ਤੁਸੀਂ ਸਾਕ ਕਰਾ ਦਿਓ ਮੇਰਾ ਕਦੇ ਵੀਜੇ ਨਾਲ ਮੈਂ ਤੁਹਾਡੀ ਸਾਰੀ ਉਮਰ ਸਹਾਰ ਨਹੀਂ ਦੇ ਸਕਦੀ ਉਹ ਭਾਨੂੰ ਇਹ ਤਾਂ ਕੰਮ ਹੋ ਜਾਊਗਾ ਪਰ ਸਾਨੂੰ ਫਾਇਦਾ ਕੀ ਹਾਂ ਸਾਨੂੰ ਫਾਇਦਾ ਹੀ ਇਸ ਕੰਮ ਦਾ ਇਹ ਤਾਂ ਮੈਨੂੰ ਪਤਾ ਤੁਹਾਡਾ ਬਿਜ਼ਨਸ ਆ ਇਹ ਤੁਹਾਨੂੰ ਮੈਂ ਦੇਖਾਂ ਨਾ ਮੈਂ ਵੱਧ ਕਹਿਣਾ ਨਾ ਮੈਂ ਘੱਟ 1 ਲੱਖ ਰੁਪਈਆ ਦਿਉਂ ਦੇਖਿਓ ਨਾ ਨਾ ਕਰਿਓ ਗਰੀਬਣੀ ਤੀਵੀਆਂ ਮੈਂ ਕਿੱਥੋਂ ਲਿਆ ਕੇ ਦੇਊਂਗੀ ਨਾ ਸਾਡਾ ਭਾਨਾ ਕੰਮ ਕਰਦਾ ਨਾ ਕੋਈ ਕਟੱਪਾ ਕਰਦਾ ਤੁਹਾਨੂੰ 1 ਲੱਖ ਰੁਪਈਆ ਮੈਂ ਦੁਬਈ ਤੋਂ ਵੀਜੇ ਤੋਂ ਮੰਗਾ ਕੇ ਦੇ ਦੂੰ ਸਾਡਾ ਰਿਸ਼ਤਾ ਸਿਰੇ ਚੜਾ ਦੇ ਹਾਂ ਮੈਨੂੰ ਦੱਸ ਫਿਰ ਕਿਵੇਂ ਹੋ ਜੂ ਲੱਖ 'ਚ ਕੰਮ ਭਾਵੇਂ 1 ਲੱਖ ਹੋਵੇ ਭਾਵੇਂ 50,000 ਆਪਾਂ ਨੂੰ ਕੀ ਆਪਾਂ ਤਾਂ ਖਾਣਾ ਹੀ ਹੈ ਕੀ ਮਤਲਬ ਨਹੀਂ ਅਸੀਂ ਕਹਿ ਰਹੇ ਸੀ 1 ਲੱਖ ਠੀਕ ਹੈ ਠੀਕ ਹੈ ਵਾਸਤੇ ਸਿਰ ਠੀਕ ਹੈ ਭਾਨੋ ਹਾਂ ਫਿਕਰ ਨਾ ਕਰ ਹੋ ਜੂ ਤੇਰਾ ਕੰਮ ਠੀਕ ਹੈ ਠੀਕ ਹੈ ਤੇ ਕਰਕੇ ਫਿਰ ਤੈਨੂੰ ਦੱਸਦੇ ਆ ਠੀਕ ਹੈ ਠੀਕ ਹੈ ਟੈਨਸ਼ਨ ਨਾ ਲਓ ਅਸੀਂ ਹਾਜ਼ਰ ਹਾਂ ਠੀਕ ਹੈ ਤੇ ਤੁਸੀਂ ਪੈਸਾ ਦਾ ਅਰੇਂਜਮੈਂਟ ਕਰਕੇ ਰੱਖਣਾ ਪੈਸੇ ਤੇ ਗੱਲ ਹੀ ਕੋਈ ਨਹੀਂ ਮੈਂ ਤੁਹਾਨੂੰ ਫੋਨ ਕਰਕੇ ਦੱਸ ਦੂੰਗੀ ਪੈਸੇ ਲੈ ਜਾਓ ਮੈਂ ਹੁਣੇ ਡੀਜੇ ਨੂੰ ਫੋਨ ਕਰਦੀ ਆ ਉਹ ਤਾਂ ਮੈਨੂੰ ਉਹਦਾ ਹੀ ਪੈਸਾ ਭੇਜ ਦੂਗਾ ਬਸ ਬਸ ਠੀਕ ਹੈ ਪੈਸੇ ਮੰਗਾ ਕੇ ਰੱਖੋ ਅਸੀਂ ਚੱਲੀਏ ਠੀਕ ਹੈ ਤੁਹਾਡੇ ਵਾਸਤੇ ਚਾਹ ਪਾਣੀ ਬਣਾਉਂਦੇ ਆਈ ਨੇ ਮੇਰਾ ਜੀਣਾ ਡੁੱਬਰ ਕਰਿਆ ਨਹੀਂ ਨਹੀਂ ਭਾਨੋ ਨਹੀਂ ਨਹੀਂ ਕੋਈ ਨਹੀਂ ਰੋਣਾ ਬੰਦ ਹੋਣਾ ਕੋਈ ਗੱਲ ਨਹੀਂ ਚਲੋ ਚੱਲੀਏ ਠੀਕ ਹੈ ਭਾਨੋ ਤੇਰੇ ਅਰਗਿਆਂ ਦਾ ਭਰਾ ਨੀ ਯਾਰ ਹੁੰਦੇ ਆ ਚਲ ਚੁੱਪ ਥਿਆ ਹੋਰ ਰਿੰਪੀ ਤੇਰਾ ਕੀ ਹਾਲ ਹੈ
ਮੇਰਾ ਹਾਲ ਤਾਂ ਠੀਕ ਆ ਜੀਜਿਆ। ਤੜਕੇ ਉੱਠ ਕੇ ਪੈਣ ਮੂੰਹ ਧੋਤੇ ਕਰ ਲਈ ਆ ਜੁੜਾ ਵੇ ਡੰਗਰ ਵੱਛਾ ਪਾਸੇ ਕਰਕੇ ਬੱਲੇ 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 ਡੰਗਰ ਵੱਛਾ ਪਾਸੇ ਕਰਕੇ ਸਿੱਟ ਲਈ ਆ ਕੂੜਾ ਵੇ ਉਂਝ ਤਾਂ ਨਾਮ ਰਸ਼ਨ ਦੀ ਜੀਜਾ ਮੈਨੂੰ ਪਤਾ ਜ਼ਿੰਦਗੀ ਉਂਝ ਤਾਂ ਨਾਮ ਰਸ਼ਨ ਦੀ ਜੀਜਾ ਕਰਦੇ ਕਹਿੰਦੇ ਕਾਲੀ ਵੇ ਮੈਂ ਮੇਰੇ ਮਾਪਿਆਂ ਨੇ ਮੇਰਾ ਤਾਂ ਜੀ ਇੱਥੇ ਜਾਣ ਨੂੰ ਕਰਦਾ ਹੀ ਨੀ, ਮੇਰਾ ਤਾਂ ਐਂ ਜੀ ਕਰਦਾ ਮੈਂ ਸਭ ਕੋਈ ਛੀਰੀ ਰਲ ਜਾ। ਇੱਕ ਗੱਲ ਆ, ਜ਼ਿੰਦਗੀ ਛੱਡ ਗਏ ਤੇਰੇ ਮਾਪਿਆਂ ਨੇ ਨਿਰਮਾ ਥੋੜਾ ਜਿਹਾ ਘੱਟ ਚੁਗਿਆ ਹੋਊ, ਤਾਂ ਹੀ ਤਾਂ ਤੂੰ ਐਡੀ ਕਰੇਗੀ। ਪਰ ਤੂੰ ਮੈਨੂੰ ਐਡੀ ਕੁ ਬੋਲੀ ਛੋੜੀ ਲੱਗਦੀ ਆ। ਵੇ ਕਿਵੇਂ ਲੱਕੜੀ ਫਿਰਦੀ ਆ, ਥੱਪੜ ਮਾਰੂ ਮੂੰਹ ਤੇ ਬਾਦਰੀ ਜੀ। ਆਈ ਦੀਦੀ ਸਤਿ ਸ਼੍ਰੀ ਅਕਾਲ। ਜੇ ਸੌਰੀ ਆਉਣਾ ਹੁੰਦਾ ਨਾ ਪ੍ਰਾਹੁਣਾ ਬਣ ਕੇ ਆਇਆ ਕਰ, ਗੰਦ ਨਾ ਪਾਇਆ ਕਰ। ਆਪਦੀਆਂ ਕਰਤੂਤਾਂ ਤੋਂ ਬਾਜ ਆ ਜਾ ਪ੍ਰਾਹੁਣੇ ਆ, ਨਹੀਂ ਤਾਂ ਟੋਟੇ ਟੋਟੇ ਕਰ ਦਿਆਂਗੇ। ਮੈਨੂੰ ਤਾਂ ਤੂੰ ਛੁਪਨੇ ਚ ਵੀ ਜੋਗਰਾਜ ਬਣ ਕੇ ਡਰਾਈ ਜਾਂਦਾ ਰਹਿੰਦਾ। ਛੌਰੀ ਆ ਜਾ, ਛੌਰੀ ਆ ਕੇ ਬੰਦਾ ਮਾੜੀ ਮੋਟੀ ਹੈਲਪ ਕਰਦਾ ਹੁੰਦਾ, ਤੇਰੀ ਤਾਂ ਮੇਰੀ ਤਾਂ ਡਰ ਹੀ ਲੱਗੀ ਜਾਂਦਾ ਰਹਿੰਦਾ। ਅੱਗੇ ਤਾਂ ਅੱਗੇ ਮੇਰੇ ਇੰਨੇ ਠੁੱਡੇ ਮਾਰੇ ਹਰੇ ਤੱਕ ਰੜਕ ਪਈ ਜਾਂਦੀ ਆ। ਪ੍ਰਾਹੁਣੇ ਦੀ ਅੱਜ ਤਾਂ ਕੀ ਕਰਨੀ ਆ, ਚਾਹ ਪਾਣੀ ਦਾ ਕੀ ਪੁੱਛਣੀ ਆ, ਹੁਣ ਸਾਰੀ ਜੋਗਰਾਜ ਬਣ ਜਾਂਦਾ ਤੂੰ। ਚਾਹ ਕਿਤੇ ਹੋਰ ਨਾ ਕੁੱਟਣ ਨੂੰ ਫੜ ਲਿਓ। ਬਹੁਤ ਕਰਦੇ ਤੁਸੀਂ, ਮੇਰੇ ਤਾਂ ਉਹਨੂੰ ਜੀ ਨਹੀਂ ਕਰਦਾ, ਤੁਹਾਡੀ ਭੈਣ ਦੇ ਕਹਿਣਦੇ ਆ ਗਿਆ ਫਿਰ। ਉਹ ਕੋਈ ਨਹੀਂ ਜੀਜਾ, ਬਹਿ ਹੋਰ ਸੁਣਾ ਕਿਵੇਂ ਸੁੱਖ ਸਾਡਾ ਪਿੰਡ ਸਾਰੇ। ਉਹ ਛਾਲਿਓ ਮੇਰੇ ਉਹ ਛੁੱਕ ਜਾਂਦੀ ਆ। ਓਏ ਮੈਂ ਤਾਂ ਤੁਹਾਨੂੰ ਇੱਕ ਖੁਸ਼ਖਬਰੀ ਦੇਣ ਆਇਆ। ਉਹ ਪਰੌਣੇ ਆ, ਬੱਚੇ ਦੋ ਹੀ ਕਾਫੀ, ਬਾਕੀਆਂ ਤੋਂ ਮਾਫੀ। ਓਏ ਬੱਚਿਆਂ ਦੀ ਕਾਹਨੂੰ ਖੁਸ਼ਖਬਰੀ ਆ ਜਾਵੇ ਤਾਂ ਹੋਰ ਆ। ਓਏ ਮੈਂ ਕੈਨੇਡਾ ਚੱਲਿਆ। ਹੈ ਜੀਜਾ ਕੈਨੇਡਾ? ਜਾਏਗਾ ਕਾਸਤੇ? ਜਾਣਾ ਤਾਂ ਮੈਂ ਤਾਂ ਕਿਹਾ ਸੀ ਮੈਂ ਬੱਚਤੇ ਹੀ ਵਗ ਜੂ, ਪਰ ਉਹ ਜਿਹੜਾ ਬਾਹਰ ਭੇਜਦਾ ਕੈਨੇਡਾ, ਉਹ ਕਹਿੰਦਾ ਬੱਚਾ ਤੈਨੂੰ ਬਦਲਣੀਆਂ ਵਾਲੀਆਂ ਪੈਣਗੀਆਂ, ਵੀ ਤੂੰ ਅਨਪੜ੍ਹ ਹੈ, ਤੈਨੂੰ ਪਤਾ ਨਹੀਂ ਲੱਗਣਾ, ਅੰਗਰੇਜ਼ੀ ਬੋਲਣੀ ਪੈਂਦੀ ਆ ਉੱਧਰ। ਫਿਰ ਜਹਾਜ਼ ਤੋਂ ਮੈਨੂੰ ਡਰ ਲੱਗਦਾ ਬਹਿਣ ਤੋਂ, ਮੈਂ ਕਿਹਾ ਚੱਲ ਅੱਖਾਂ ਅੱਖਾਂ ਵੀ ਚਬੇ ਕੇ ਮੈਂ ਉੱਠ ਹੀ ਜਾਊਂ ਕੈਨੇਡਾ। ਉਹ ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਆਇਆ ਸੀ, ਤੁਹਾਡੀ ਭੈਣ ਨੂੰ ਪਤਾ ਉਹ ਗੱਲ ਕਰੂੰ ਤੁਹਾਡੇ ਨਾਲ। ਲੈ ਜੀਜਾ ਫਿਰ ਤੇਰੇ ਵਾਸਤੇ ਲਿਆਉਣੇ ਸੀ ਝਟਕਾ। ਨਹੀਂ ਜੀਜਾ, ਮੁਰਗਾ ਖਵਾਵਾਂਗੇ। ਲੈ ਸੌ ਖਾਓ, ਤੇਰੇ ਸਿਰ ਦੀ ਸੌ ਜੀਜਾ। ਉਹ ਤੈਨੂੰ ਜਰਾਬ ਵੀ ਪਿਆਉਂਦੇ ਆ। ਓਏ ਸੱਚੀ ਗੱਲ ਆ, ਲੈ ਭਾਨਾ ਜਾ ਤੇਰੀ ਕਿਸਮਤ ਖੁੱਲ ਗਈ, ਉਧਰ ਕੈਨੇਡਾ ਨੂੰ ਚੱਲਿਆ, ਉਧਰੋਂ ਮੇਰੇ ਸਾਲੇ ਛਾਲੇ ਮੇਰੀ ਸੇਵਾ ਕਰੀ ਜਾਂਦੇ ਆ। ਲੈ ਜੀਜਾ ਤੂੰ ਕਰ ਭੈਣ ਵਰਗੀਆਂ ਨਾ ਗੱਲਾਂ, ਅਸੀਂ ਗਏ ਤੇ ਆਏ, ਚਲੋ ਵੱਡਿਆ ਲਿਆਓ ਲਿਆਓ। ਉਹ ਮੇਰੇ ਸਾਲੇ ਨੂੰ ਹੋਇਆ ਕੀ ਆ, ਕਹਿੰਦੇ ਸਾਡੀ ਭੈਣ ਨਾਲ ਗੱਲਾਂ ਕਰ, ਆਪ ਹੀ ਕਹਿ ਗਏ ਆਇਆ। ਸ਼ਰਾਬ ਲੈਣ ਗਏ ਨਾ, ਇੱਕ ਤਾਂ ਤੈਨੂੰ ਮਿਲ ਜੇ ਮੀਟ ਖਾਣ ਨੂੰ, ਉੱਤੋਂ ਪੀਏਗਾ ਮੂਤ, ਮੂਤ ਪੀ ਕੇ ਲਾਚੜਿਆ ਫਿਰੀ, ਜਿਹੜਾ ਕੰਮ ਕਰਨ ਆਇਆ ਉਹ ਨਾ ਕਰੀ। ਮੈਂ ਤਾਂ ਛੌਰੀ ਆਇਆ ਮੈਂ, ਨਾਲੇ ਗੱਲ ਸੁਣ, ਬੀਬੀ ਕਿੱਥੇ ਆ ਭਲਾ? ਬੀਬੀ ਬੀਬੀ ਜੀਜਾ ਹਰਦੁਆਰ ਗਈ ਆ, ਨਾਲੇ ਲੱਡੂ ਨੂੰ ਨਾਲ ਹੀ ਲੈ ਗਈ, ਕਹਿੰਦੀ ਇਸ਼ਨਾਨ ਕਰਾ ਲਿਆ। ਚੰਗੀ ਗੱਲ ਹੈ, ਆਪਣਾ ਦੀਦੀ ਨੇ ਤੇਰੀ ਨੇ ਤੈਨੂੰ ਗੱਲ ਨਹੀਂ ਦੱਸੀ? ਕਿਹੜੀ ਗੱਲ? ਮੈਂ ਕੈਨੇਡਾ ਜਾ ਰਿਹਾ, ਕੈਨੇਡਾ ਜਾ ਕੇ ਮੈਂ ਤੇਰੀ ਭੈਣ ਨੂੰ ਵੀ ਉੱਥੇ ਸੱਦ ਲੂੰਗਾ। ਮੈਨੂੰ ਲੈ, ਤੈਨੂੰ ਤਾਂ ਮੈਂ ਟੇਚੀ ਚ ਬੰਦ ਕਰਕੇ ਲੈ ਜੂ, ਐਡੀ ਕਿ ਤੂੰ ਹੈਗੀ ਆ। ਸਾਨੂੰ ਨਾ ਥੋੜੀ ਜਿਹੀ ਪੈਸਿਆਂ ਦੀ ਲੋੜ ਸੀ, ਅਸੀਂ ਤਾਂ ਪੈਸੇ ਲੈਣ ਆਏ ਸੀ ਬੀਬੀ ਕੋਲੋਂ। ਪੈਸੇ ਪੈਸੇ ਜੀਜੇ ਆਪਣੇ ਕੋਲ ਤਾਂ ਹੈ ਨੀ, ਆ ਪਰਸੋ ਅਦਰਾ ਸਾਟੂ ਅਪਬਜੀ ਜੀਜਾ ਉਹ ਆਇਆ ਸੀ, ਬੈਠੇ ਬੀਬੀ ਤੇ ਉਹ ਗੱਲਾਂ ਕਰੀ ਜਾਂਦੇ ਸੀ, ਉਹਦੀ ਰਿਟਾਇਰਮੈਂਟ ਹੋਈ ਹੈ ਨਾ, ਉਹਨੂੰ ਪੈਸੇ ਮਿਲੇ ਆ। ਬੀਬੀ ਨੂੰ ਪੁੱਛਦਾ ਸੀ, ਕਹਿੰਦਾ ਜੇ ਪੈਸੇ ਚਾਹੀਦੇ ਆ ਤਾਂ ਲੈ ਲਓ, ਬੀਬੀ ਨੇ ਜਵਾਬ ਦੇਤਾ। ਮੇਰੀ ਗੱਲ ਸੁਣ ਲਓ, ਜੇ ਤੁਹਾਨੂੰ ਪੈਸੇ ਚਾਹੀਦੇ ਨਾ ਉਹਦੇ ਤੋਂ ਮੰਗ ਲਓ, ਉਹਦੇ ਤੋਂ ਲੈ ਲਓ, ਉਹਦੇ ਕੋਲ ਘਰੇ ਪਏ ਹੋਣਗੇ, ਨਾਲੇ ਤਾਂ ਜੀਜਾ ਤੇਰਾ ਕੰਮ ਬਣ ਜੂ, ਨਾਲੇ ਦੀਦੀ ਨੂੰ ਤਾਂ ਜਮਾਂ ਜਵਾਬ ਨਹੀਂ ਦਿੰਦਾ। ਬੜਾ ਹੱਸਦੀ ਆ ਜੀਜੇ ਦੇ ਨਾਂ ਤੇ, ਮੇਰੇ ਯਾਰੀ ਤੇਰਾ ਚਲੂਣੇ ਲੜਦੇ ਜੇ ਮੈਂ ਆਪਣੀ ਸਾਲੀ ਨਾਲ ਗੱਲ ਕਰਦਾ। ਚੱਲ ਕੋਈ ਨੀ, ਚੱਲਦੇ ਆ ਫੌਜੀ ਸਾਹਿਬ ਕੋਲੇ, ਉਹ ਤਾਂ ਬਾਹਲਾ ਖੁਸ਼ ਹੋਜੂ ਵੀ ਮੇਰਾ ਸਾਡੂ ਆਇਆ ਭਾਨਾ ਭਗੌੜਾ, ਜਾਣ ਸਾਰੀ ਰੰਬ ਦੀ ਬੋਤਲ ਚੱਕ ਲਿਆਊਗਾ। ਨਾ ਮੂਤ ਪੀ ਲਈ ਉੱਥੇ, ਚੱਲ ਉੱਠ ਹੁਣ ਤੋਂ ਆਪਾਂ
ਪੰਜ ਵੱਜ ਗਏ ਗੱਡੀ ਲੰਘ ਜੂ ਚੱਲ ਖੜਾ ਹੋ ਚੱਲ ਬੜਦੇ ਛਾਲੀ ਨੂੰ ਵੀ ਲੈ ਚੱਲੀਏ ਨਾਲ ਨਾ ਇਹਨੇ ਉੱਥੇ ਕੀ ਕਰਨਾ ਤੂੰ ਉੱਠ ਚੱਲ ਪਤਾ ਨਹੀਂ ਕੀ ਗੱਲ ਹੈ ਨਾ ਗਾ ਹੋ ਤਰ ਪਹਣਾ ਇੱਥੇ ਬੈਠਾ ਮੇਰਿਆ ਛਾਲਿਆ ਜਾਣਾ ਨਹੀਂ ਛਾਲੀ ਜਾਣੀ ਚੱਟੇ ਬਰੁੰਡਾ ਖਾਣਾ ਬਰੁੰਡਾ ਤੂੰ ਲੈ ਬਰੁੰਡਾ ਲੈ ਤੂੰ ਨਾ ਮੇਰੇ ਛਾਲੇ ਨੂੰ सजना के लिए सजना है मुझे सजना के सुहार करती रही भरावा पटका काम कर लिया कर फैसले राज नाल पेचा ਬਾਣੀਏ ਨਾਲ ਪੇਚਾ ਨਾ ਥਾਂ ਥਾਂ ਤੂੰ ਗੰਦ ਪਾਇਆ ਨਾ ਮੈਨੂੰ ਕਿਤੇ ਪਤਾ ਨਹੀਂ ਨਾ ਮੈਨੂੰ ਤਾਂ ਪਿੰਡ 'ਚ ਨਿੱਕਣ ਜੋਲਗੀ ਨਹੀਂ ਛੱਡਿਆ ਤੁਸੀਂ ਮੇਰੀ ਗੱਲ ਸੁਣ ਓਹ ਜਿਹੜਾ ਰੋਬ ਜਾ ਮਾਰਦੇ ਤੇ ਭਾਂਡੇ ਭਗੌੜੇ ਤੇ ਮਾਰਦੀ ਹੋਏਗੀ ਖਬਰਦਾਰ ਹੋ ਜਾ ਮਾਰਨ ਨਾਲ ਫੜਾ ਓ ਚੜਾ ਦੂੰ ਸਮਾਨ ਚ ਨਾ ਮੇਰਾ ਤਾਂ ਇੱਕੋ ਹੀ ਸੁਪਨਾ ਸੀ ਰੱਬ ਨੇ ਉਹ ਵੀ ਨਾ ਪੂਰਾ ਕੀਤਾ ਨਾ ਇਹੀ ਸੁਪਨਾ ਸੀ ਵੀ ਮੇਰਾ ਸੋਹਰਾ ਲੰਬੇ ਲੰਬੇ ਵਾਲਾਂ ਵਰਗਾ ਨਾ ਸੰਜੇ ਦੱਤ ਹੋਵੇ ਅੱਗ ਲੱਗਣਾ ਰੱਬ ਨੇ ਉਹ ਵੀ ਨਾ ਪੂਰਾ ਕੀਤਾ ਸਾਲੀ ਕਰਕੇ ਮੈਂ ਤੇਰੇ ਨਾਲ ਹਲੇ ਤੱਕ ਵਰਤੀ ਜਾਂਦਾ ਨਹੀਂ ਤਾਂ ਤੈਨੂੰ ਮੈਂ ਗੇਟ ਚ ਆਉਂਦਿਆਂ ਗੋਲੀ ਮਾਰ ਦੇਣੀ ਸੀ ਅੱਜ ਲੈ ਫੌਜੀ ਸਾਹਿਬ ਤੁਸੀਂ ਤਾਂ ਮਾੜੀ ਜੀ ਗੱਲ ਤੇ ਗੁੱਸੇ ਹੋ ਗਏ ਮੈਂ ਤਾਂ ਤੁਹਾਨੂੰ ਹੱਸਦੇ ਨੇ ਮਜ਼ਾਕ ਕਰਿਆ ਸੀ ਛਾਡੂਆਂ ਦਾ ਤਾਂ ਭਰਾ ਮਾਲਾ ਰਿਸ਼ਤਾ ਹੁੰਦਾ ਨਾਲੇ ਜੇ ਤੁਸੀਂ ਬਾਰਡਰ ਤੇ ਜਾਗਦੇ ਹੋ ਨਾ ਤਾਂ ਹੀ ਸਾਰਾ ਹਿੰਦੁਸਤਾਨ ਚੈਨ ਦੀ ਨੀਂਦ ਸੌਂਦਾ ਮੈਂ ਤੁਹਾਨੂੰ ਹੱਥ ਬੰਨ ਕੇ ਮਾਫੀ ਮੰਗਦਾ ਫੌਜੀ ਸਾਹਿਬ ਹੁਣ ਤੂੰ ਜ਼ਿਆਦਾ ਜਬਰੀਆਂ ਨਾ ਮਾਰ ਅੱਜ ਨਾਲ ਲੈ ਕੇ ਆਇਆ ਨਾ ਸਾਲੀ ਸਾਹਿਬਾਂ ਨੂੰ ਬੈਠੇ ਹੱਦਾਂ ਤੇ ਜੋ ਪਹਿਰੇਦਾਰ ਬਣ ਕੇ ਲੋਹਾ ਵੈਰੀ ਨਾਲ ਲੈਂਦੇ ਧਰ ਤਲੀ ਜਾਨਾ ਟੁੱਟ ਪੈਂਦੇ ਨੇ ਦੋ ਧਾਰੀ ਤਲਵਾਰ ਬਣ ਕੇ ਭਾਰਤ ਮਾਤਾ ਦੇ ਸੱਚੇ ਸਪੂਤ ਯੋਧੇ ਸੇਵਾ ਕਰਦੇ ਨੇ ਜੋ ਸੇਵਾਦਾਰ ਬਣ ਕੇ ਸੱਚੇ ਦਿਲ ਦੇ ਤੇ ਨਿੱਘੇ ਸੁਭਾਅ ਵਾਲੇ ਫੌਜੀ ਮਿਲਦੇ ਨੇ ਯਾਰਾਂ ਦੇ ਯਾਰ ਬਣ ਕੇ ਭਾਨਿਆ
ਇੰਨੇ ਕਬੀਲੇ ਜਵਾਕ ਜਲੇ ਨੂੰ ਲੈ ਕੇ ਅੱਜ ਕਿੱਧਰ ਆਉਣੇ ਹੋਏ? ਮੈਂ ਕੈਨੇਡਾ ਚੱਲਿਆ, ਤੁਹਾਨੂੰ ਵਿਹਲੀਆਂ ਵਿਹਲੀਆਂ ਵਧਾਈਆਂ। ਇਹ ਮੈਨੂੰ ਕੀਪਾ ਤੇ ਛੀਪਾ ਲੈ ਕੇ ਚੱਲਿਆ ਕੈਨੇਡਾ। ਤੂੰ ਭਾਨਿਆ ਕਿਵੇਂ ਕੈਨੇਡਾ ਜਾ ਰਿਹਾ? ਤੂੰ ਪੜ੍ਹਿਆ ਨੀ ਲਿਖਿਆ ਨੀ ਕੋਈ ਯਾਰ। ਲੈ ਮੈਨੂੰ ਕੀਪੇ ਤੇ ਛੀਪੇ ਨੇ ਸਾਰਾ ਕੁਛ ਸਮਝਾ ਤਾ। ਉਹ 20 ਲੱਖ ਰੁਪਇਆ ਮੰਗਦੇ ਸੀ, 2 ਲੱਖ ਰੁਪਇਆ ਚ ਗੱਲ ਨਿਬੜ ਗਈ। 2 ਲੱਖ ਚ ਬਸ, ਹੁਣ ਤਾਂ ਮੈਂ ਕੈਨੇਡਾ ਗਿਆ ਹੀ ਸਮਝੋ। ਤੁਹਾਨੂੰ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਜਦੋਂ ਵੀ ਕੋਈ ਗੱਲ ਹੋਈ ਦੇਖ ਲਿਓ, ਮੇਰੇ ਤਾਂ ਜੀਜਾ ਜੀ ਕੰਮ ਆਉਣਗੇ। ਨਾਲੇ ਆ ਤੁਹਾਡੀ ਚਾਲੀ ਨੇ ਸੋਚਿਆ ਵੀ ਮੇਰੇ ਜੀਜੇ ਕੋਲੇ ਚੱਲਦੇ ਆ, ਉਹ ਆਪਾਂ ਨੂੰ 2 ਲੱਖ ਰੁਪਇਆ ਦੇ ਦੇਣਗੇ। ਲੈ ਐ ਤਾਂ ਪੂਰਾ ਮਾਣ ਹੈ ਮੈਨੂੰ ਮੇਰੇ ਜੀਜੇ ਤੇ। ਕਿਉਂ ਜੀਜਾ ਜੀ? ਪੈਸੇ ਹੈਗੇ ਆ, ਬਸ ਮੈਂ ਕੈਨੇਡਾ ਜਾਵੜਾ ਕਰੀ, ਤੁਹਾਡਾ 2 ਲੱਖ ਰੁਪਇਆ ਤਾਂ ਜੇ ਅਨਸਾਰ ਹੀ ਮੋੜ ਦੂੰ। ਪੈਸਿਆਂ ਵੱਲੋਂ ਹਾਂ ਤੈਨੂੰ, ਪਰ ਦੇਈ ਕਿਸੇ ਨੂੰ ਸੋਚ ਸਮਝ ਕੇ। ਨਾ ਨਾ, ਛੀਪਾ ਤੇ ਕੀਪਾ ਦਾ ਬਾਲੇ ਵਧੀਆ ਏਜੰਟ ਹੈ, ਉਹਨਾਂ ਨੇ ਤਾਂ ਕੋਈ ਲੱਖਾਂ ਬੰਦੇ ਕੈਨੇਡਾ ਢੋਤੇ ਤੇ ਆਪਣਾ ਰੰਗ ਰੰਗ ਪਈ ਹੈ ਜੀ। ਕੋਈ ਮਾੜੀ ਮੋਟੀ ਰੰਗ ਵੀ ਲਵਾਵਾਂਗੇ ਤੁਹਾਨੂੰ, ਅੱਜ ਰੱਖਾਂਗੇ ਵੀ ਇੱਥੇ। ਜਿੱਥੇ ਹੋ ਨਾ ਉੱਥੇ ਸ਼ਰਾਬ ਨੂੰ ਟੱਕਰ ਜਾਣਾ, ਮੂਤ ਪੀਲਾ ਮੂਤ। ਆ ਦੇਖ ਲੋ ਫੌਜੀ ਸਾਹਿਬ, ਤੁਹਾਡੇ ਸਾਹਮਣੇ ਮੇਰੀ ਬੇਇੱਜ਼ਤੀ ਕਰੀ ਜਾਂਦੀ ਹੈ। ਪਤਾ ਨਹੀਂ ਚਾਹ ਨਾ ਕੀ ਪਟਾਸ ਕਹਿੰਦੀ ਹੈ, ਸਾਰੀ ਦਰੀ ਸੈਲਡ ਸੈਲਡ ਕੇ ਬੋਲੀ ਜਾਊਗੀ। ਤੂੰ ਕਦੇ ਘੂਰ ਕੇ ਨਹੀਂ ਰੱਖੀ ਇਹਨੂੰ, ਮੇਰੇ ਜੀ ਚੂ ਨਹੀਂ ਕਰਦੀ। ਉਹ ਤੁਹਾਡੇ ਫੌਜੀਆਂ ਦਾ ਤਾਂ ਰੋਹ ਵੀ ਬਾਹਲਾ ਹੁੰਦਾ, ਮੈਂ ਕੀ ਕਰਿਆ, ਮੈਂ ਥੋੜਾ ਜਿਹਾ ਡਰਦਾ। ਕਈ ਵਾਰੀ ਮੈਨੂੰ ਕੁੱਟ ਕੱਟ ਲਿਆ, ਮੈਂ ਉਦੋਂ ਬੋਲਿਆ ਨੀ, ਬਸ ਇਹਦੀ ਆਦਤ ਬਣ ਗਈ ਮੇਰੀ, ਫਿਰ ਫਟ ਗਿਆ ਦੀ ਆਦਤ ਬਣ ਗਈ ਉਹਦੇ ਤੋਂ। ਐ ਚੱਕ 2 ਲੱਖ ਰੁਪਇਆ ਤੇ ਭੇਜੋ ਭਾਂਡੇ ਪਕਾਉਣੇ ਨੂੰ ਕੈਨੇਡਾ। ਬਸ ਭਾਂਡਿਆ ਹੁਣ ਤਾਂ ਤੂੰ ਕੈਨੇਡਾ ਪੱਕਾ ਜਾਏਗਾ। ਬਸ ਭੇਜ ਦੇ ਕਰੇ ਕਿ ਅੱਗ ਜੇ ਫੱਟੇ ਜਾਵਾ ਜਾ, ਮੈਂ ਤਾਂ ਘਰੋਂ ਤਿਆਰ ਹੋ ਕੇ ਆਇਆ। ਆਏ ਕਿ ਅੱਛਾ ਵੀ ਦਿੱਲੀਓ ਚੜਾਏਗਾ ਕਿ ਆਪਣੇ ਅੰਮ੍ਰਿਤਸਰੋਂ? ਅੱਛਾ ਤੇਰੇ ਕੋਲ ਪਾਸਪੋਰਟ ਹੈਗਾ? ਨਾ ਪਾਸਪੋਰਟ ਹੈ ਨਹੀਂ, ਉਹ ਕੀ ਹੁੰਦਾ? ਉਹ ਯਾਰ ਪਾਸਪੋਰਟ ਤੇ ਵੀਜ਼ਾ ਲੱਗਦਾ ਹੁੰਦਾ, ਮੋਹਰ ਲੱਗਦੀ ਹੁੰਦੀ ਹੈ, ਫਿਰ ਬੰਦਾ ਕੈਨੇਡਾ ਜਾਂਦਾ। ਨਾ ਪਾਸਪੋਰਟ ਤੋਂ ਬਿਨਾਂ ਵੀਜ਼ਾ ਨਹੀਂ ਜਾਂਦਾ। ਨਾ ਮੈਂ ਫਿਰ ਮੇਰੇ ਪੈਸੇ ਮੋੜ ਦੇ। ਕੱਚਾ ਕਾਲਾ ਤਾਂ ਹੋਣਾ ਯਾਰ, ਮੈਂ ਤਾਂ ਘਰੋਂ ਰੋ ਕੇ ਤੁਰਿਆ, ਕੱਟ ਪਾਪੇ ਨਾਲ ਜੱਫੀ ਪਾ ਕੇ। ਕੱਦੂ ਦੇ ਲੱਡੂ ਤਾਂ ਵਿਹਲਾ ਰੋਂਦੇ ਸੀ, ਕੱਟ ਪਾਪਾ ਤਾਂ ਹੋਬ ਕੀਆ ਮਾਰ ਮਾਰ ਰੋਂਦਾ ਸੀ। ਮੈਨੂੰ ਤਾਂ 20 ਰੋਜ਼ ਦਾ ਫਿਕਰ ਹੈ, ਕਦੇ ਮੇਰੇ ਮਗਰੋਂ ਹੋਰ ਕਿਸੇ ਨਾਲ 40 ਵਾਰੀ ਵਿਆਹ ਹੀ ਨਾ ਕਰਾ ਲੇ। ਨਾਲੇ ਮੇਰੀ ਗੱਲ ਸੁਣੋ, ਹੁਣ ਫਿਰ ਮੇਰਾ ਹੱਲ ਕੀ ਹੋਊਗਾ? ਜਿੱਦਾਂ ਕਿੱਦਾਂ ਤੇਰੇ ਕੋਲ ਆਧਾਰ ਕਾਰਡ ਹੈਗਾ ਆ? ਨਾ ਆਧਾਰ ਕਾਰਡ ਹੈ ਨੀ, ਮੇਰੇ ਕੋਲ ਰਾਸ਼ਨ ਕਾਰਡ ਆ, ਉਹ ਚੱਲੂ? ਹਾਂ ਹਾਂ ਹਾਂ, ਰਾਸ਼ਨ ਕਾਰਡ ਲਿਆ। ਆਹ ਦੇਖ ਲੈ, ਜਿੱਦਾਂ ਕਿੱਦਾਂ ਹੁਣ ਤੇ ਰਾਸ਼ਨ ਕਾਰਡ ਤੇ ਬਾਹਰ ਜਾਊਗਾ। ਓਏ ਹੁਣ ਤੇ ਇਹਦੇ ਤੇ ਵੀਜ਼ਾ ਲੱਗੂ, ਇਹਦੇ ਤੇ ਮੋਹਰ ਲੱਗੂ, ਤੂੰ ਫਿਕਰ ਨਾ ਕਰ, ਤੂੰ ਰਾਸ਼ਨ ਕਾਰਡ ਤੇ ਕੈਨੇਡਾ ਜਾਏਗਾ। ਬਸ ਮੈਨੂੰ ਜਵਾ ਜਵ ਛੇਤੀ ਛੇਤੀ ਕੈਨੇਡਾ ਭੇਜ ਹੀ ਦਿਓ। ਨਾਲੇ ਇੱਕ ਗੱਲ ਤੁਹਾਨੂੰ ਪੁੱਛਣੀ ਸੀ ਵੀ ਉੱਥੇ ਮੇਮਾਂ ਹੁੰਦੀਆਂ? ਜਿੱਦਾਂ ਕਿੱਦਾਂ ਗੋਰੀਆਂ ਤੇ ਵਾਧੂ। ਬਸ ਮੈਨੂੰ ਜ਼ੋਰ ਪੈ ਗਿਆ, ਛੇਤੀ ਛੇਤੀ ਕੈਨੇਡਾ ਭੇਜ ਹੀ ਦਿਓ। ਮੈਨੂੰ ਜ਼ੋਰ ਪੈ ਗਿਆ, ਭੇਜੋ ਕੈਨੇਡਾ ਭੇਜੋ। ਹੌਸਲਾ ਰੱਖੋ, ਹੌਸਲਾ ਰੱਖ, ਭੇਜਦੇ ਆ। ਉਹ 2 ਦਿਨ ਦਾ ਇੰਤਜ਼ਾਰ ਕਰ ਲਾ, 2 ਦਿਨ ਫਿਰ ਮੈਂ ਕਰਦਾ ਤੁਹਾਡੇ ਗੇਟ 'ਚ ਹੀ ਬਹਿ ਜਾਂਦਾ ਮੈਂ। ਨਹੀਂ ਨਹੀਂ ਜੀ, ਸਾਡੇ ਘਰ ਰੁਕਣ ਦੀ ਕੋਈ ਲੋੜ ਨਹੀਂ ਹੈ, ਅਸੀਂ ਤੁਹਾਨੂੰ ਕਾਲ ਕਰਾਂਗੇ, ਠੀਕ ਹੈ? ਜਿੱਦਾਂ ਕਿੱਦਾਂ ਤੈਨੂੰ ਉੱਥੇ ਇੰਗਲਿਸ਼ ਦੀ ਪ੍ਰੋਬਲਮ ਹੋਣੀ ਹੈ। ਲੈ ਐਂ ਕਿਵੇਂ ਅੰਗਰੇਜ਼ੀ ਦੀ ਪ੍ਰੋਬਲਮ ਆਊ? ਅੰਗਰੇਜ਼ੀ ਤਾਂ ਮੈਂ ਪੜ੍ਹਦਾ ਚਰੀ ਵਾਂਗੂ, ਦੇਖ ਸੁਣਾ ਮੈਂ। ਜਿੱਦਾਂ ਕਿੱਦਾਂ ਬੋਲ ਯੈਸ ਨੋ ਕੰਮ ਦੋ ਠੰਡਾ ਚੱਚਾ ਕੋਲ ਆਈ ਲਵ ਜੂ। ਓਏ ਚੱਲ ਬਸ, ਹੁਣ ਤੁਸੀਂ ਮੈਨੂੰ ਐਂ ਕਰੋ, ਫਿਰ ਦੱਸੋ ਕਿੱਦਾਂ ਭੇਜੋਗੇ ਕੈਨੇਡਾ? ਐਕਚੁਅਲੀ ਫੋਨ ਕਰਦੇ ਹੀ ਬਈ ਆ, ਅਸੀਂ ਤੁਹਾਨੂੰ ਕਾਲ ਕਰਾਂਗੇ। ਅੱਛਾ, ਮੈਂ ਫਿਰ ਤੁਹਾਡੇ ਕਾਲ ਦੀ ਵੇਟ ਕਰੂੰਗਾ। ਮੇਮਾ ਮੈਂ ਚੱਲਿਆ, ਆਏ ਓ ਮੇਮਾ ਚੱਕ ਲਿਓ ਕੈਨੇਡਾ ਚਿਰੰਤ। ਓ ਪਾਣਾ ਜੀ, ਓ ਪਾਣਾ ਜੀ ਕਿੱਥੇ ਰਹਿ ਗਏ? ਕਿਹੜਾ ਬਈ ਲੀੜੇ ਪ੍ਰੈਸ ਕਰੀ ਜਾਂਦਾ? ਓ ਜਾ, ਅੱਜ ਤਾਂ ਨਰੈਣ ਦੇ ਘਰੇ ਕੀੜੀ ਆਪ ਤੁਰੀ ਫਿਰਦੀ ਆ। ਆਜੋ ਆਜੋ ਬੈਠੋ ਬੈਠੋ ਬੈਠੋ। ਮੈਨੂੰ ਪਾਣਾ ਜੀ ਬਹਿਣ ਦੀ ਕੋਈ ਜ਼ਰੂਰਤ ਨਹੀਂ ਹੈ, ਬਸ ਅਸੀਂ 2 ਮਿੰਟ ਗੱਲ ਕਰਨੀ, ਤੂੰ ਜਾਣਾ ਬਸ। ਬੈਠੋ, ਕਿਵੇਂ ਕਿਤੇ ਕੈਨੇਡਾ ਨੂੰ ਜਵਾਬ ਦੇਣ ਤਾਂ ਨਹੀਂ ਆ ਗਏ? ਮੈਂ ਨਾ ਤੁਹਾਡੇ ਨਾਲ ਭਾਨੋ ਬਾਰੇ ਗੱਲ ਕਰਨ ਆਇਆ। ਭਾਨੋ ਬਾਰੇ? ਮੇਰੇ ਨਜ਼ਰ ਚ ਹੈਗਾ। ਅੱਛਾ, ਕਿਹੜਾ ਮੁੰਡਾ ਭਲਾ? ਉਹ ਮੁੰਡਾ ਦੁਬਈ ਆ, ਟਰਾਲਾ ਚਲਾਉਂਦਾ। ਦੁਬਈ ਤੋਂ ਟਰਾਲਾ ਚਲਾਉਂਦਾ? ਕਦੇ ਫਿਰੋਜ਼ਪੁਰ ਵਾਲਾ ਵਿਜੇ ਤਾਂ ਨਹੀਂ?
ਓਏ ਮੈਂ ਉਹਦੀ ਗੱਲ ਹੀ ਕਰਦਾ ਪਿਆ। ਨਾ ਨਾ ਸਾਡਾ ਜਵਾਬ ਹੈ, ਬਿਲਕੁਲ ਸਾਡਾ ਜਵਾਬ ਹੈ। ਓ ਪਾਨਿਆ 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 ਮੰਨ ਜਾ, ਮੁੰਡਾ ਬਹੁਤ ਵਧੀਆ ਹੈਗਾ, ਚੰਗੀ ਤਨਖਾਹ ਹੁੰਦੀ ਹੈਗੀ ਹੈ, ਵਧੀਆ ਮੁੰਡਾ ਟਰਾਲਾ ਚਲਾਉਂਦਾ, ਮੰਨ ਜਾ ਮੇਰੀ ਗੱਲ। ਓ ਮੈਨੂੰ ਪਤਾ ਲੱਭੂ ਮੈਰ ਜਾ, ਉਹ ਅੱਗੇ ਮੈਂ 3-4 ਵਾਰੀ ਸਾਡੀ ਭਾਨੋ ਨੂੰ ਫੋਨ ਤੇ ਗੱਲਾਂ ਕਰਦੀ ਨੂੰ ਫੜਿਆ, 6-7 ਵਾਰੀ ਮੈਂ ਕੁੱਟ ਸਿੱਟੀ। ਨਾ ਨਾ ਸਾਡਾ ਆਪਣਾ ਸਿੱਪਾ ਸਾਹਿਬ ਮੇਰਾ ਠੇਕ ਕੇ ਚਲਿਆ, ਕੈਨੇਡਾ ਮੈਂ ਜਾਣਾ, ਪਰ ਮੈਂ ਉਹਦੇ ਨਾਲ ਵੀਜ਼ੇ ਨਾਲ ਸਾਡੀ ਭਾਨੋ ਦਾ ਵਿਆਹ ਹਰ ਵਿਅਕ ਨਹੀਂ ਹੋਣ ਦੇਣਾ ਗਿਆ। ਚੱਲ ਮੈਂ ਉਹਦਾ ਸਿਰ ਫੜ ਕੇ ਦੇਖੂਗਾ, ਮੇਰਾ ਮਤਲਬ ਪੈਰ ਫੜ ਕੇ ਦੇਖੂਗਾ, ਮਨਾ ਲੂਗਾ ਕੋਈ ਗੱਲ ਨੀ, ਵੱਡੇ ਉਠਾਹਾ। ਚੱਲ ਫਿਰ ਕੈਨੇਡਾ ਭੇਜ ਦਿਓ, ਚੱਲ ਠੀਕ ਹੈ, ਠੀਕ ਹੈ। ਭਾਨੂ ਦਾ ਵੀ ਫਾਹਾ ਵੱਡਿਆ ਜਾਊ, ਭਾਨਾ ਜਾਊ ਕੈਨੇਡਾ। ਚੱਕ ਲਿਆ ਬਰੂਆ, ਟਰੰਟ, ਵੈਨਕੂਵਰ, ਸ਼ਰੀ, ਐਕਸਫੋਰਡ, ਵਿਨੀਪੈਗ। ਰਾਮ ਰਾਮ ਬਾਣਿਆ ਜੀ, ਰਾਮ ਰਾਮ ਧੰਨ ਪਾਗ ਭਾਨੋ ਜੀ, ਤੁਸੀਂ ਸਾਡੀ ਦੁਕਾਨ ਤੇ। ਮੈਂ ਤਾਂ ਆਉਣਾ ਹੀ ਆਉਣਾ ਸੀ, ਜਦੋਂ ਆ ਜਾਂਦੀ ਆ ਉਦੋਂ ਇਹ ਲੱਗ ਜਾਂਦਾ ਮਿਹਨਤਾਂ ਦੀਆਂ ਕਾਰਨ। ਨਾ ਗੱਲ ਸੁਣ, ਕੱਲ ਦੀ ਤੈਨੂੰ ਦੇ ਮੈਸ ਕਾਲ, ਤੂੰ ਤਾਂ ਮੇਰਾ ਫੋਨ ਹੀ ਨਹੀਂ ਚੱਕਿਆ ਗਿਆ। ਉਹ ਛਿੰਟੂ ਦੀ ਝਾਈ ਕੋਲੇ ਬੈਠੀ ਸੀ, ਤਾਂ ਨਹੀਂ ਫੋਨ ਚੱਕ ਹੋਇਆ। ਡਰਪ ਵੱਕੜ ਬਾਣੀਆਂ ਨਾ ਹੋਵੇ। ਗੱਲ ਸੁਣ, ਮੈਂ ਤੁਹਾਨੂੰ ਕਿਹਾ ਸੀ ਮੇਰਾ 100 ਰੁਪਈਏ ਦਾ ਰੀਚਾਰਜ ਕਰਾ ਦਿਓ, ਜੇ ਤਾਂ ਕਰਾਉਣਾ ਤਾਂ ਸਿੱਧਾ ਹੋ ਕੇ ਕਰਾ ਦਿਆ ਕਰੋ, ਨਹੀਂ ਤਾਂ ਮੈਂ ਗੱਪ ਜੇ ਨਾ ਮਾਰਿਆ ਕਰੋ ਤੇ ਨਿਰਗ ਸੱਤੀ ਫਿਰਦੇ ਮੇਰੇ ਮਗਰ। ਵੀ ਭਾਨੋ 10-2 ਸਾਲ ਦਾ ਰੀਚਾਰਜ ਕਰਾਉਣਾ 5 ਸਾਲ ਦਾ, ਮੈਂ ਤਾਂ ਤੁਹਾਨੂੰ ਸਿਰਫ 100 ਰੁਪਈਆ ਦਾ ਰੀਚਾਰਜ ਨੂੰ ਕਹਿੰਦੀ ਹੁੰਦੀ ਆ। ਰੀਚਾਰਜ ਤਾਂ ਮੈਂ ਕਰਾ ਦੇਣਾ, ਪਰ ਜਦੋਂ ਤੈਨੂੰ ਫੋਨ ਕਰੀਦਾ ਹੈ ਉਹ ਕਹਿੰਦੇ ਲੈਣ ਕੇ ਲੱਗੋ, ਨਾ ਕਿਹੜੀਆਂ ਗੱਲਾਂ ਕਰਦੀ ਸੀ। ਬੇਵਾ ਤੇ ਮੈਂ ਤੈਨੂੰ ਕੀ ਦੱਸਾਂ, ਬੇ ਮੈਨੂੰ ਰਜਿੰਦਰ ਵੀ ਜਾਨੀ ਫਿਰੋਜ਼ਪੁਰ ਵਾਲੇ ਮਸ਼ਹੂਰ ਵੀਡੀਓ ਡਾਇਰੈਕਟਰ ਉਹਨਾਂ ਦਾ ਫੋਨ ਆ ਗਿਆ, ਮੈਂ ਪਾਤੀ ਫੇਸਬੁੱਕ ਤੇ ਫੋਟੋ ਖਿੱਚ ਕੇ, ਤੈਨੂੰ ਪਤਾ ਮੈਂ ਸੁਹਣੀ ਸੁਨੱਖੀ ਵਾਲੀ ਆ, ਮੈਨੂੰ ਕਹਿੰਦਾ ਭਾਨੋ ਆ ਜਾ ਤੈਨੂੰ ਫਿਲਮ 'ਚ ਕੰਮ ਦੇਈਏ। ਹਾਂ ਤਾਂ ਮੇਰਾ ਵੀ ਕਰਦਾ ਫਿਲਮਾਂ 'ਚ ਕੰਮ ਕਰਨ ਨੂੰ, ਪਰ ਮੈਂ ਭਾਨੋ ਤੋਂ ਡਰਦੀ ਨੇ ਜਵਾਬ ਦੇਤਾ, ਉਹਨਾਂ ਦਾ ਫੋਨ ਆਉਂਦਾ ਹੁੰਦਾ ਸ਼ੱਕ ਜੀ ਨਾ ਕਰਿਆ ਕਰ ਐਵੇਂ ਆਹੋ। ਲੇਕਿਨ ਇੱਕ ਮੈਂ ਤੁਹਾਨੂੰ ਖੁਸ਼ ਖਬਰੀ ਦੇਣੀ ਸੀ। ਬਦਮਾਸ਼ ਆ ਕੇ ਦਵਾ ਦਿੰਦਾ, ਮੈਂ ਕਿਹਾ ਪੈਸੇ ਕਿੱਥੇ, ਜੇ ਤੇਰੇ ਕੋਲੇ ਹੈ ਨੀ ਜੋਲੀ ਤਾਂ ਦਵਾ ਦੇ। ਜੋਲੀ ਤੂੰ ਕਿੱਥੇ ਦਿੰਦਾ ਪੈਸੇ, ਮਾਰਦਾ ਗੱਲਾਂ ਕਰਦੇ। ਚੱਲ ਕੋਈ ਨੀ, ਮੈਨੂੰ ਪਤਾ ਕੰਜੂਸ ਮਾਰਿਆ ਤੂੰ, ਤੇਰੇ ਕੋਲੇ ਤਾਂ ਕਦੇ ਰੁਪਈਆ ਨੀ ਹੋਇਆ ਗਾ, ਦੇਖ ਵੀਰ ਬਣ ਕੇ ਨਿਕਲ ਗਿਆ ਸੌਦਾ ਪਾ ਦੇ ਫਿਰ। 5 ਰੁਪਈਆਂ ਦਾ ਨੂਣ, 5 ਦੇ ਲੌਂਗ, 5 ਦੀਆਂ ਲਾਇਚਾਂ, ਤੇ ਨਾਲੇ ਮੇਰਾ ਕੱਟ ਪਾਪਾ ਵਾਸਤੇ ਵੀਡੀਓ ਦਾ ਬੰਡਲ ਦੇ ਦਿਆ। ਬੀੜੀਆਂ ਦੇ ਬੰਡਲ ਦਾ ਤੇਰਾ ਪਾਪਾ ਲੈ ਗਿਆ ਸੀ, ਬਾਕੀ ਤੇਰੇ ਲਈ ਤਾਂ ਜਾਨ ਹਾਜ਼ਰ ਹੈ, ਤੂੰ ਛੋਟੇ ਦੀ ਕਿਹੜੀ ਗੱਲ ਕਰਦੀ ਹੈ, ਤੇਰੇ ਲਈ ਤਾਂ ਮੈਂ ਜੋ ਕਹਿੰਗੀ ਉਹ ਕਰ ਦੂੰਗਾ, ਫੇਰ ਨਾ ਕਹੀ ਰਿੰਟਾ ਹੈ ਤਪੇ ਵਾਲਾ ਝੂਠ ਬੋਲਦਾ ਹੈ। ਰਿੰਟਾ ਤਪੇ ਵਾਲਾ ਝੂਠ ਬੋਲਦਾ, ਪੈਸਿਆਂ ਨੂੰ ਤਾਂ ਮੁੱਕਰ ਗਿਆ ਭੁੰਨੜਿਆ ਤੂੰ ਹੈ। ਅੱਛਾ ਗੱਲ ਸੁਣ, ਪਾ ਦੇ ਸੌਦਾ ਤੇ ਮੈਂ ਜਾਣੀ ਆ, ਤੇ ਇੱਕ ਮੈਨੂੰ ਚੀਜ਼ ਹੋਰ ਚਾਹੀਦੀ ਆ, ਮੈਨੂੰ ਆਪਣਾ ਬਲੇਟ ਦੇ। ਬਲੇਟ ਕੀ ਕਰਨਾ ਹੈ? ਨੋ ਕੱਟਣਾ, ਓ ਸੱਕ ਦੀ ਕਰਦਾ ਰਹਿਣਾ ਨਾ, ਪਾ ਦੇ ਸੌਦਾ ਹੈ। ਕੋਈ ਤਾਂ ਪਾ ਦੇਣਾ 2 ਮਿੰਟ, ਕਦੇ ਕਦੇ ਸਾਡੇ ਕੋਲ ਵੀ ਬਹਿ ਜਾ ਕਰ ਦੋ ਘੜੀਆਂ, ਤੂੰ ਜਦੋਂ ਆਉਣੀ ਹੈ ਨਾ ਜੀ ਲੱਗਾ ਰਹਿੰਦਾ ਹੈ ਧਰਮ ਨਾਲ। ਭਾਨੇ ਨੂੰ ਪਤਾ ਲੱਗਾ ਮੇਰਾ ਗੁਆਟਾ ਵੜ ਦੂਗਾ ਉਹ, ਤੇ ਪਾ ਦੇ ਫਿਰ ਸੌਦਾ। ਪਾ ਦੇਣਾ ਪਾ ਦੇਣਾ, ਤੇ ਹੁਣ ਮੋਬਾਈਲ 'ਚ ਪੈਸੇ ਪਾ ਦੀ, ਨੰਬਰ ਤੇਰੇ ਕੋਲੇ ਹੈਗਾ, ਫੋਨ ਚੱਕ ਲਿਆ ਕਰ ਮੇਰਾ, ਆ ਜਾ ਤੂੰ ਘੜੀਆਂ ਬਹਿ ਜਾ। ਚੱਲ ਪਰ ਲੁੱਚਾ। You have dialed is presently switch off. ਪੰਜਾਬੀ ਤੇ ਦੱਸਾ ਅੰਗਰੇਜ਼ੀ ਆਉਂਦੀ ਨਹੀਂ ਮੈਨੂੰ, ਭੈਣ ਬਣ ਕੇ ਗੱਲ ਕਰਾ ਦੇ, ਸਾਨੂੰ ਤਾਂ 2 ਘੰਟੇ ਹੋ ਗਏ ਸਵਿੱਚ ਆਫ ਸਵਿੱਚ ਆਫ ਹੈ।
ਫੇਰ ਕੱਟਿਆ ਗਿਆ ਘੁਮਾ ਨਸਵਾ ਚੌਫ ਆਹ ਦੇਖਿਓ ਜੀ ਆਹ ਦੇਖਿਓ ਨੰਬਰ ਲਾਇਓ ਉਹਨਾਂ ਦਾ ਨਾ ਕੋਈ ਨੀ ਬੋਲਦਾ ਨਾ ਕੁੱਦੂ ਦੇ ਪਾਪੂ ਦੇਖ ਤਾਂ ਸਹੀ ਦੇਖ ਲਾ ਕੇ ਦੇਖ ਕਿਸੇ ਹੋਰ ਦਾ ਨੰਬਰ ਲਾ ਲਾ ਕਵਰ ਕਸ਼ੇਤਰ ਤੋਂ ਬਾਹਰ ਕਵਰ ਕਸ਼ੇਤਰ ਤੋਂ ਬਾਹਰ ਇੱਕ ਤਾਂ ਸਾਲੀ ਰੇਂਜ ਹੀ ਨਹੀਂ ਆਉਂਦੀ ਲੱਗਦਾ ਟਾਵਰ ਲਵਾਉਣਾ ਪੈਣਾ ਮੈਨੂੰ ਦੱਸ ਮਾੜਾ ਜਰੂਰੀ ਕੀ ਆ ਦੋ ਘੰਟੇ ਸਾਨੂੰ ਹੋ ਗਏ ਫੋਨ ਲਾਈ ਜਾਂਦੇ ਨੂੰ ਦੋ ਘੰਟੇ ਤੈਨੂੰ ਹੋ ਗਏ ਬਸ ਚੁੱਪ ਕਰ ਜਾ ਕੱਦੂ ਦੇ ਪਾਪਾ ਭਾਂਡਿਆ ਤੂੰ ਦੱਸ 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 ਗੱਲ ਕੀ ਦੱਸਾਂ ਕੀ ਪਾਪਾ ਮੈਂ ਤੂੰ ਦੱਸ ਤੈਨੂੰ ਕੀ ਗੱਲ ਆ ਮੇਰੇ ਨਾਲ ਤਾਂ ਬੜੀ ਵੱਡੀ ਠੱਗੀ ਵੱਜ ਗਈ ਬੋਲਿਆ ਕੀ ਹੋਇਆ ਬਾਪੂ ਮੈਂ ਤਾਂ ਲੱਖ ਰੁਪਈਆ ਵੀ ਦੇ ਬੈਠਾ ਲੈ ਕਾਸ ਨੂੰ ਦੇ ਬੈਠਾ ਲੱਖ ਰੁਪਈਆ ਭਾਂਡਿਆ ਇੱਕ ਦਿਨ ਨਾ ਥੋੜੇ ਦਿਨਾਂ ਦੀ ਗੱਲ ਆ ਹਾਂ ਮੈਂ ਤੁਰਿਆ ਜਾ ਮੈਂ ਇੱਕ ਬਾਲੀ ਸੋਹਣੀ ਕੁੜੀ ਮਿਲੀ ਅੱਛਾ ਚਿੱਟੇ ਲੀੜੇ ਭਾਂਡਿਆ ਮੈਨੂੰ ਤਾਂ ਜਮਾ ਪਰੀ ਲੱਗੀ ਹੋਏ ਰੰਗ ਬਰੰਗੀ ਜੀ ਉਹਦੇ ਕੋਲੇ ਛਤਰੀ ਅੱਛਾ ਮੈਨੂੰ ਕਹਿੰਦੀ ਮੈਂ ਵਿਆਹ ਕਰਵਾਉਣੀ ਆ ਫਿਰ ਉਹਨੇ ਆਪਦੇ ਭਰਾਵਾਂ ਦਾ ਨੰਬਰ ਦਿੱਤਾ ਮੈਂ ਫੋਨ ਤੇ ਗੱਲ ਕੀਤੀ ਉਹ ਕਹਿੰਦੇ ਲੱਖ ਰੁਪਈਆ ਦੇ ਤੇਰਾ ਵਿਆਹ ਕਰਵਾ ਦਾਂਗੇ ਹਰਿਆਣਾ ਚੋਂ ਕੁੜੀ ਲਿਆ ਕੇ ਦੇਵਾਂਗੇ ਬਾਲੀ ਸੋਹਣੀ ਮੈਂ ਤਾਂ ਭਾਂਡਿਆ ਸਰਪੰਚ ਤੋਂ ਫੜ ਕੇ ਲੱਖ ਰੁਪਈਆ ਦੇ ਬੈਠਾ ਚਾਹੀਦੀ ਜੀ ਠੱਗੀ ਖਾ ਗਿਆ ਇਸ ਉਮਰ ਚ ਵਿਆਹ ਕਰਾਉਣਾ ਮੈਂ ਵੀ 2 ਲੱਖ ਰੁਪਈਏ ਦੀ ਠੱਗੀ ਖਾ ਗਿਆ ਮੇਰਾ ਸੜਾ ਤੇਰੀ ਤਾਂ ਜਨਾਨੀ ਹੈਗੀ ਤੂੰ ਕਿਉਂ ਠੱਗੀ ਖਾ ਲਈ ਮੈਂ ਤਾਂ ਕਨੇਡਾ ਦੇ ਚੱਕਰ ਚ ਫਸ ਗਿਆ ਕਨੇਡਾ ਨਾ ਮੇਰੀ ਗੱਲ ਸੁਣ 200 ਰੁਪਈਆ ਜੇਬ ਚ ਨੀ ਹੁੰਦਾ ਕੰਮ ਧੰਦਾ ਤੂੰ ਕਰਦਾ ਨੀ 2 ਲੱਖ ਕਿੱਥੋਂ ਆ ਗਿਆ ਮੇਰਾ ਫੌਜੀ ਸਾਡੂ ਨੀ ਆਹੋ ਉਹਦੇ ਕੋਲੇ ਗਿਆ ਉਹਨੂੰ ਮੈਂ ਕਿਹਾ 2 ਲੱਖ ਰੁਪਈਆ ਦੇ ਦੇ ਵੇਖਲਾ ਫੌਜੀ ਸਾਹਿਬ ਨੇ ਮੈਨੂੰ 2 ਲੱਖ ਰੁਪਈਆ ਦੇ ਦਿੱਤਾ ਮੇਰਾ ਤਾਂ 2 ਲੱਖ ਰੁਪਈਆ ਵੀ ਡੁੱਬ ਗਿਆ ਹੁਣ ਮੈਂ ਪੈਸੇ ਕਿੱਥੋਂ ਮੋੜੂੰਗਾ ਫੋਨ ਤਾਂ ਮੇਰਾ ਵੀ ਨੀ ਲੱਗਦਾ ਭਾਨਿਆ ਨੰਬਰ ਕਿਹੜੇ ਤੇ ਲਾਉਣਾ ਤੂੰ ਇਹ ਮੈਂ 98144993 ਨੰਬਰ ਤਾਂ ਪਾਨੇ ਇਹੀ ਆ ਮੇਰਾ ਆਪਾ ਤਾਂ ਇੱਕੋ ਬੰਦੇ ਹੀ ਠੱਗ ਕੇ ਲੈ ਗਏ ਲੁੱਟੇ ਗਏ ਲੈ ਤੁਹਾਡੇ ਨਾਲ ਵੀ ਠੱਗੀ ਵੱਜ ਗਈ ਮੇਰੇ ਨਾਲ ਵੀ ਵੱਜ ਗਈ ਪੁੱਤ ਕੀ ਹੋਇਆ ਤੂੰ ਕਿਉਂ ਰੋਈ ਜਾਂਦੀ ਆ ਹੁਣ ਹੋਣਾ ਕੀ ਆ ਉਹਨੇ ਇੱਕ ਦੂਜੇ ਦੀ ਰਾਏ ਨੀ ਕਰੀ ਉਹ ਤਿੰਨੇ ਜਾਣੇ ਆਪਾਂ ਨੂੰ ਸਾਰਿਆਂ ਨੂੰ ਪਾਗਲ ਬਣਾ ਗਿਆ ਪੈਸੇ ਲੁੱਟ ਕੇ ਲੈ ਗਏ ਓਏ ਆਪਾਂ ਵੀ ਸਾਰਾ ਟੱਬਰ ਹੀ ਪਾਗਲ ਹੋ ਗਏ ਪੱਕੜ ਪਾਪਾ ਡਾਉਣਾ ਓਏ ਪੰਚਾਇਤ ਸੱਦਿਆ ਤੁਹਾਨੂੰ ਓਏ ਐ ਕਟੱਪੇ ਨੂੰ ਓਏ ਜਾ ਜੋਏ ਕੈਨੇਡਾ ਜਾਣ ਬਾਰੇ ਭਾਨੋ ਬਾਰੇ ਪਤਾ ਤੈਨੂੰ ਭਾਨੋ ਬਾਰੇ ਵੀ ਪਤਾ ਦੁਬਈ ਵਾਲਾ ਮੁੰਡਾ ਆਜੋ ਆਜੋ ਪੰਚਾਇਤ ਸੱਦਿਆ ਤੁਹਾਨੂੰ ਸਾਰੇ ਟੱਬਰ ਨੂੰ ਫੜਾ ਫੋਨ ਫੜਾ ਫੋਨ ਫੜ ਫੜਾ ਫੜਾ ਫੜ ਨਹੀਂ ਵੀਰਾ ਫੋਨ ਹਾਂ ਨਿੱਕੀ ਇਹੋ ਜਿਹੀ ਕੁੱਤੇ ਝੱਗੀ ਜੀ ਪਾਈ ਫਰਦੀ ਆ ਬੂਮਾ ਮੱਚ ਗਈ ਮਾਤਾ ਇਹੋ ਜਿਹੀ ਊ ਨਾ ਪਾਵਾਂ ਹੈ ਸੁਕੜਾ ਜਾ ਨੇਰੀ ਜੀਰੇ ਹੁੰਦੀ ਆ ਇਹਦਾ 2 ਕਿਲੋ ਦਾ ਮਾਂ ਪਿਓ ਪਹਿਲਾਂ ਵੱਟਾ ਰੱਖ ਦਿੰਦਾ ਵੀ ਛੋਟਾ ਮੁੰਡਾ ਨਾ ਉੱਡ ਜੇ ਜਿੱਦਾਂ ਕਿੱਦਾਂ ਜਿੱਦਾਂ ਕਿੱਦਾਂ ਵੱਡਾ ਗੁਰਪ੍ਰੀਤ ਧੁੱਗੀ ਬਣਿਆ ਫਿਰਦਾ ਮੇਰੇ ਪਿਓ ਦੇ ਧੰਨਵਾਦ ਕਰਦੀ ਆ ਮੈਂ ਤਾਂ ਆਪਦਾ ਫੌਜੀ ਵੀਰ ਦਾ ਜੀ ਨੇ ਮੇਰੀ ਗੱਲ ਸੁਣੀ ਨਾ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਧੂ ਸਾਹਿਬ ਵੀ ਭਾਨੇ ਨੇ ਠੱਗੀ ਵੱਜਣ ਵਾਲੀ ਹੈ ਉਹ ਭਾਨਿਆ ਜਿੱਥੇ ਤੁਹਾਡਾ ਕਮਲਾ ਟੱਬਰ ਸੋਚਣਾ ਬੰਦ ਕਰਦਾ ਨਾ ਅਸੀਂ ਉੱਥੋਂ ਸ਼ੁਰੂ ਕਰਦੇ ਹਾਂ ਜਿੱਦੇ ਤੂੰ ਮੇਰੇ ਕੋਲ ਪੈਸੇ ਲੈਣ ਆਇਆ ਸੀ ਨਾ ਟੱਬਰ ਦੇ ਨਾਲ ਤੇ ਭਾਨੋ ਨੇ ਮੈਨੂੰ ਪਹਿਲਾਂ ਫੋਨ ਕਰਤਾ ਸੀ ਵੀ ਭਾਨਾ ਫਿਰਦਾ ਵਿਦੇਸ਼ ਜਾਣ ਨੂੰ 2 ਲੱਖ ਰੁਪਈਏ 'ਚ ਗੱਲ ਹੋਈ ਆ ਕਿਸੇ ਏਜੰਟ ਨਾਲ ਅਤੇ ਮੇਰਾ ਵੀ ਮੱਥਾ ਉਹਦੀ ਠਣਕ ਗਿਆ ਸੀ ਵੀ 2 ਲੱਖ ਜਿਹਨੂੰ ਕਨੇਡਾ ਕਿਹੜਾ ਲੈ ਜੂ ਅਤੇ ਮੈਂ ਆਪਣਾ ਮਿਸ਼ਨ ਉਸੇ ਦਿਨ ਤੋਂ ਕਰਤਾ ਸੀ ਸਰਪੰਚ ਸਾਹਿਬ ਸ਼ੁਰੂ ਅਤੇ ਅੱਜ ਇਹ ਪੈਸੇ ਲੈ ਕੇ ਭੱਜਣ ਦੇ ਚੱਕਰ ਦੇ ਵਿੱਚ ਸੀਗੇ ਅਤੇ ਅਸੀਂ ਜਾ ਕੇ ਘਰੋਂ ਦਬੋਚ ਲਿਆਂਦੇ ਤੁਹਾਡੇ ਕੋਲ ਅਤੇ ਸਾਰਾ ਮਸਲਾ ਕਰਤਾ ਹੱਲ ਜਿੱਥੇ ਮੇਰੇ ਭਾਜਾਣਗੇ ਜਿੱਥੇ ਮੇਰੇ ਫੌਜੀ ਵੀਰ ਨੇ ਕਹਿਤਾ
ਸਾਰਾ ਪੰਜਾਬ ਡੋਬਤਾ ਲੋਕਾਂ ਨੂੰ ਝੂਠ ਬੋਲ ਬੋਲ ਕੇ ਤੁਹਾਨੂੰ ਕੈਨੇਡਾ ਲੈ ਕੇ ਚੱਲੇ ਆ ਤੁਹਾਨੂੰ ਅਮਰੀਕਾ ਲੈ ਕੇ ਚੱਲੇ ਆ ਤੁਹਾਨੂੰ ਦਿੱਲੀਓ ਜਹਾਜ਼ ਤੇ ਭਾਵਾਂਗੇ ਕੈਨੇਡਾ ਉਤਾਰਾਂਗੇ ਇੱਥੋਂ ਲੈ ਜਾਂਦੇ ਹਾਂ ਪੈਸੇ ਅਗਲਿਆਂ ਤੋਂ ਥੱਬਾ ਥੱਬਾ ਨੋਟਾਂ ਦਾ ਹੈ ਗਾਹਾਂ ਪਾਣੀ ਵਾਲੀਆਂ ਕਿਸ਼ਤੀਆਂ 'ਚ ਭਾ ਕੇ ਸਮੁੰਦਰਾਂ 'ਚ ਡੋਬ ਕੇ ਮਾਰ ਦਿੰਦੇ ਹੋ ਨਾ ਹੁਣ ਸਾਡੇ ਤਾਂ ਕੋਈ ਅੱਜੀ ਟੱਬਰ ਨੂੰ ਅਕਲ ਆ ਗਈ ਆਹ ਤੁਹਾਡੇ ਲੋਕਾਂ ਨੂੰ ਪਤਾ ਨਹੀਂ ਕਦੋਂ ਅਕਲ ਆਊਗੀ ਜਦੋਂ ਨਾ ਤੁਸੀਂ ਮੁੰਡਿਆਂ ਨੂੰ ਭੇਜਣਾ ਹੁੰਦਾ ਬਾਹਰ ਤਾਂ ਇਹੋ ਜਿਹੇ ਮੇਰੇ ਪਿਓ ਦੇ ਸਾਲਿਆਂ ਨੂੰ ਅੰਦਰ ਵਾੜ ਕੇ ਪੈਸੇ ਫੜਾ ਦਿੰਦੇ ਹਾਂ ਵੀ ਲਓ ਜਾ ਪੈਸੇ ਸਾਡੇ ਮੁੰਡੇ ਨੂੰ ਸਵੇਰ 'ਚ ਦੇ ਕੇ ਕੈਨੇਡਾ ਭੇਜ ਦੇ ਜਦੋਂ ਬਚ ਜਾਂਦੀ ਆ ਠੱਗੀ ਫਿਰ ਭਾਵੇਂ ਰਵੜਿਆ ਛੱਡ ਲੈ ਠੱਗੀ ਬਚ ਗਈ ਠੱਗੀ ਬਚ ਗਈ ਠੱਗੀ ਬਚ ਗਈ ਇੱਕ ਗੱਲ ਹੋਰ ਆ ਫੌਜੀ ਸਾਹਿਬ ਆਹ ਦੇਖ ਲਓ ਇਹਨਾਂ ਨੂੰ ਮੇਰੇ ਪਿਓ ਦੇ ਸਾਲਿਆਂ ਨੂੰ ਬਣ ਕੇ ਕੈਨੇਡਾ ਵਾਲੇ ਹੈ ਨਾ ਲੋਕਾਂ ਤੋਂ ਪੈਸੇ ਲੈ ਜਾਂਦੇ ਆ ਬੇ ਭਰਾਵਾਂ ਪਿੱਟਿਓ ਬੇ ਪੈਸੇ ਲੈਂਦੇ ਤਾਂ ਅਗਲੇ ਦਾ ਸਹੀ ਕੰਮ ਕਰਿਆ ਕਰੋ ਜੇ ਕਦੇ ਪਹਿਲਾਂ ਹੀ ਰੌਲਾ ਪਾ ਲਓ ਤੁਹਾਡੇ ਨਾਲ ਠੱਗੀ ਵੱਜੇ ਹੀ ਨਾ ਹਰ ਇੱਕ ਗੱਲ ਦੀ ਲੋਕਾਂ ਤੋਂ ਪੁੱਛ ਪੜਤਾਲ ਕਰ ਲਓ ਵੀ ਇਹ ਵਾਕਿਆ ਹੀ ਏਜੰਟਾਂ ਕਿ ਠੱਗ ਆ ਆਹ ਜਿਹੜੇ ਸਹੀ ਏਜੰਟਾਂ ਤਾਂ ਇੱਕ ਦੋ ਆ 98% ਤਾਂ ਠੱਗ ਹੀ ਤੁਰੇ ਫਿਰਦੇ ਆ ਬਸ ਮੈਂ ਤਾਂ ਇਹੀ ਗੱਲ ਕਹਿੰਦੀ ਹਾਂ ਸਰਪੰਚ ਸਾਹਿਬ ਫੌਜੀ ਸਾਹਿਬ ਬੇ ਲੋਕਾਂ ਤੁਸੀਂ ਵੀ ਸੋਚ ਲਓ ਉਹ ਭਾਨੋ ਨੇ ਤਾਂ ਤੁਹਾਨੂੰ ਸਮਝਾਤਾ ਹੁਣ ਤੁਸੀਂ ਸਮਝਣਾ ਜਾਂ ਨਹੀਂ ਸਮਝਣਾ ਤੁਹਾਡੀ ਮਰਜ਼ੀ ਆ ਮੈਂ ਤਾਂ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਵੀ ਇਹਨਾਂ ਲੋਕਾਂ ਤੋਂ ਬਚੋ ਸੌਂ ਖਾ ਲਓ ਇਹਨਾਂ ਲੋਕਾਂ ਤੋਂ ਯਕੀਨ ਤਾਂ ਆਪਾਂ ਕਰਨਾ ਹੀ ਨਹੀਂ ਜਿਉ ਮਰਜ਼ੀ ਹੋ ਜੇ Alcohol consumption is injurious to health. Daru peena sehat layi hanikarak hai. ਖੁਰਕ ਮਟਾ ਦੀਏ ਅੱਛਾ ਲੈ ਖੁਰਕੀ ਖੁਰਕੀ ਬਦਮਾਸ਼ ਹੈ
ਮੈਨੂੰ ਬਚਾ ਤਾਂ ਇਹਨਾਂ ਤੋਂ। ਕੋਈ ਨੀ ਤਾਇਆ, ਅੱਛਾ ਤੁਸੀਂ ਕਬਜ਼ਾ ਲੈਣਾ ਹੈ, ਆ ਜਾਓ ਤੁਹਾਨੂੰ ਕਬਜ਼ਾ ਦਿੰਦੇ ਹਾਂ, ਤਾਇਆ ਚੱਲ ਅੰਦਰ ਕਬਜ਼ਾ ਦਿੰਦੇ ਹਾਂ, ਆ ਜਾਓ ਆ ਜਾਓ ਆ ਜਾਓ ਅੰਦਰ ਦਿੰਦੇ ਹਾਂ ਕਬਜ਼ਾ। ਦਿਮਾਗ ਖਰਾਬ, ਤੂੰ ਸੁਸਾਈਡ ਕਰਨ ਲੱਗੀ ਸੀ। ਸੁਸਾਈਡ ਕੀ ਹੁੰਦਾ? ਆਤਮ ਹੱਤਿਆ। ਕੋਈ ਨਹੀਂ ਆਇਆ ਆਤਮ ਹੱਤਿਆ ਕਰਦੀ, ਮੈਂ ਸਿਰਦਰ ਪਿਤਾ ਜੀ ਦੀ ਧੀ ਹਾਂ। ਕਿਉਂਕਿ ਯੂਨਤ ਤੂੰ ਹਨੀਪ੍ਰੀਤ ਹੈ। ਯਾਰੇ ਹਨੀਪ੍ਰੀਤ, ਮੈਂ ਆਪਦੇ ਪਿਓ ਕੱਟ ਪਾਪੇ ਦੀ ਧੀ, ਭਾਲੇ ਭਗੌੜੇ ਦੀ ਭੈਣ, ਭਰਾਵਾਂ ਪਿੱਟ ਕੇ 900 ਰੁਪਏ ਦੀ ਦਵਾਈ ਲਿਆਦੀ ਸੀ ਪਤਲੇ ਹੋਣ ਵਾਲੀ। ਸੋਸ਼ਲ ਮੀਡੀਆ ਹੀ ਹੈ ਮੇਰੀ ਫੋਟੋ ਨਾ ਪਾਈ, ਅਗਲਾ ਕਾਲ ਮੇਰਾ ਲਾ ਦੂ ਕੱਟ ਕੇ ਥੱਲੇ, ਹੋਰ ਹੀ ਕੁਛ ਲਾ ਦਿੰਦਾ, ਮੁੜ ਕੇ ਮੇਰਾ ਤਾਂ ਭਰਾ ਮੇਰੀ ਧਾਨ ਮਾਰ ਦੂਗਾ। ਤੁਹਾਨੂੰ ਤੂੰ ਟੈਨਸ਼ਨ ਨਾ ਲੈ, ਮੈਂ ਹੈਗੀ ਆ ਨਾ। ਮੈਨੂੰ ਟੈਨਸ਼ਨ ਨੀ ਦੀਦੀ, ਮੇਰਾ ਕੋਈ ਹੱਲ ਕਰੋ ਮੇਰੇ ਵਿਆਹ ਦਾ। ਤੁਹਾਨੂੰ ਜਦੋਂ ਕੁਛ ਨੀ ਹੁੰਦਾ ਤੂੰ ਟੈਨਸ਼ਨ ਨਾ ਲੈ, ਠੀਕ ਹੈ? ਮੈਂ ਤੇਰੇ ਨਾਲ ਸੋਹਣਾ ਜਿਹਾ ਸਲਿਮ ਜਿਹਾ ਮੁੰਡਾ ਲੱਭਿਆ। ਸੋਹਣਾ ਦਾ ਸਲਿਮ ਜਿਹਾ ਸੇਤ ਹੀ ਲੱਭ ਦਿਓ। ਹਾਂ ਬਸ ਛੇਤੀ ਲੱਭ ਦੂੰਗੀ, ਫਿਰ ਤੈਨੂੰ ਵੀ ਪਤਾ ਲੱਗੂਗੀ ਗੂਗਲ ਕੌਣ ਹੈ। ਤੇਰਾ ਵੀ ਵਿਆਹ ਹੈ ਜੀ ਭੈਣ, ਭੈਣ ਭੈਣ ਕੀ ਹਾਲ ਆ?
ਜਗਾੜੀ ਛਿਲਦਾ ਨੀ ਸੰਤਰਾ ਖਾ ਜਾਂਦਾ ਪਾਣੀ। ਉਹ ਮੈਨੂੰ ਪਤਾ ਜੱਗਾ ਜਗਾੜੀ ਛਿਲਦਾ ਨੀ ਸੰਤਰਾ ਖਾ ਜਾਂਦਾ ਪਾਣੀ। ਟੋਟੇ ਪਿਆ ਵਾਧੂ ਕਿੰਨੇ ਚਾਹੀਦੇ? ਇੱਕ ਕਿਲੋ। 4500 ਰੁਪਇਆ ਰੇਟ ਜਿਹੜੇ ਪਿਓਰ ਫੁੱਲ। ਉਹ ਫੁੱਲ ਨੀ ਜੇ ਆਪਣਾ ਪੀਸੀ ਹੋਵੇ। ਪੀਸੇ ਹੋਏ 3500। ਉਹ ਯਾਰ ਗੱਲ ਸੁਣ, ਪਿਛਲੀ ਵਾਰੀ ਨਾ ਮੇਰੀ ਮਿੱਟੀ ਦੇਤੀ ਸੀ, ਸਾਰਾ ਟੱਬਰ ਬਿਮਾਰ ਹੋ ਗਿਆ। ਮੈਂ ਘਰੇ ਦਾ ਬਣਾਉਂਦਾ ਨੀ ਬਾਈ, ਜਿਵੇਂ ਆਏ ਉਵੇਂ। ਉਹ ਚੱਲ ਕੋਈ ਨੀ, ਫੀਮ ਪਈ ਆ ਮਾੜੀ ਮੋਟੀ। ਔਕਾਤ ਤੇਰੇ ਗੋਲੀਆਂ ਖਾਣ ਵਾਲੀ ਯਾਰ, ਭਾਲਦਾ ਫੀਮ। ਗੱਲ ਸੁਣ, ਸਾਡੇ ਘਰੇ ਟਰੱਕਾਂ ਦੇ ਟਰੱਕ ਪਾਇਆ ਫੀਮ ਦੇ, ਨਾਲੇ ਮੇਰਾ ਕੱਟ ਭਾਪਾ ਦਾ ਬਚਪਨ ਤੋਂ ਫੀਮ ਖਾਂਦਾ, ਮਾਰਦਾ ਗੱਲਾਂ। ਜਾਣਦਾ ਤੂੰ ਤੇਰੇ ਕੱਟ ਭਾਪੇ ਨੂੰ? ਜਾਣਦਾ ਤੂੰ? ਹੋਰ ਸੁਣਾ। ਮੇਰੀ ਗੱਲ ਸੁਣ, ਤੇਰੀ ਮਮਾ ਦਾ ਤੇਰੀ ਦਾ ਫੋਨ ਆਇਆ ਸੀ। ਫੋਨ ਕਿੱਥੇ ਆ ਗਿਆ? ਮੇਰੀ ਮਾਂ ਨੂੰ ਮਰੀ ਨੂੰ ਤਾਂ 20 ਸਾਲ ਹੋ ਗਏ। ਹੋਰ ਦੀ ਮਾਰ ਆਇਆ ਹੋਣਾ? ਹੋਰ ਦਾ ਹੁਣ ਉਹਦੇ ਬਲੇ ਚਗਾਲੀ ਚ ਹੋਇਆ। ਹਾਂ ਭੁਲੇਖਾ ਪੈ ਜਾਂਦਾ। ਮੇਰੀ ਗੱਲ ਸੁਣ, ਤੇਰੀ ਭੈਣ ਦੀ ਤੇਰੀ ਦੀ ਮੰਗਣੀ ਹੋ ਗਈ ਕਿਤੇ? ਕਿੱਥੇ ਮੰਗਣੀ ਹੋਈ ਯਾਰ, ਘਰੇ ਬੈਠੀ ਆ 40 ਸਾਲਾਂ ਦੀ ਹੋ ਗਈ। ਤੇਰੀ ਤਾਂ ਸਾਰੇ ਟੱਬਰ ਨੂੰ ਫਿਕਰ ਪਿਆ ਪਿਆ, ਜੱਗਿਆ ਤੂੰ ਇੰਨਾ ਤੁਰਿਆ ਫਿਰਿਆ, ਸਾਡੀ ਭਾਨੋ ਦਾ ਵੀ ਕਰਾ ਦੇ ਲਾਵਾਂ ਫਿਰ। ਮੈਂ ਕਹ ਲੱਗ ਗਿਆ ਜਗਾੜ ਸਮਝ, ਮੁੰਡਾ ਹੈ ਮੇਰੀ ਨਿਗਾਹ ਚ। ਹਾਂ ਰੁਪਈਆ ਲੱਗੂ ਲੱਖ। ਅਜੇ ਲੱਖ ਰੁਪਈਆ ਸਾਡੇ ਕੋਲੇ ਹੁੰਦਾ, ਸਾਡੀ ਭਾਨੋ ਹੁਣ ਨੂੰ 40 ਵਾਰੀ ਵਿਆਹ ਦਿੰਦੇ, ਤੂੰ ਰਹਿਣ ਦੇ ਯਾਰ। ਮੇਰੀ ਗੱਲ ਸੁਣ, ਫਿਰ ਨਾ ਤੇਰੀ ਤੇ ਨਾ ਮੇਰੀ, ਰੁਪਈਆ ਲੱਗੂ 5000। 5000? ਗੱਲ ਖਤਮ, 5000 ਦਿਓ। ਮੁੰਡਾ ਕੰਮ ਕੀ ਕਰਦਾ? ਐ ਮੁੰਡਾ ਤਾਂ ਬਹੁਤ ਵਧੀਆ, ਪਰ ਥੋੜਾ ਜਿਹਾ ਨੁਕਸ ਉਹਦੇ ਲੱਤ ਚ। ਅੱਛਾ, ਰੀੜ੍ਹ ਦੀ ਹੱਡੀ ਦੇ ਵਿੱਚ ਥੋੜਾ ਜਿਹਾ ਫ੍ਰੈਕਚਰ ਹੈ, ਥੋੜਾ ਜਿਹਾ ਹੱਥ ਵੀ ਟੇਡਾ। ਫਿਰ ਮੇਰੀ ਗੱਲ ਸੁਣ, ਸਾਡੀ ਭਾਨੋ ਨੂੰ ਅਸੀਂ ਡੈੱਡ ਬਾਡੀ ਨਾਲ ਵਿਆਹ ਦਿੰਦੇ ਆ। ਮਜ਼ਾਕ ਕੀਤਾ ਸੀ ਯਾਰ, ਕੱਲਾ ਲੱਤ ਚ ਨੂੰ। ਚੱਲ ਉਹ ਤਾਂ ਕੋਈ ਨੀ, ਉਹ ਤਾਂ ਰੱਬ ਦੇ ਰੰਗ ਹੈ, ਕਿਹਦਾ ਜੀ ਕਰਦਾ ਵੀ ਮੇਰਾ ਕੋਈ ਅੰਗ ਪੈਰ ਚ ਨੁਕਸ ਹੋਵੇ। ਚੱਲ ਕੋਈ ਨੀ, ਚਲਾ ਫਿਰ ਗੱਲ। ਆਪਣਾ ਮੁੰਡਾ ਹੈ ਕਿੱਥੋਂ? ਮੁੰਡਾ ਹੈਗਾ ਤਲਵੰਡੀ ਤੋਂ। ਅੱਛਾ, ਨਾਂ ਹੈਗਾ ਮੁੰਡੇ ਦਾ ਗੋਲਡੀ। ਗੋਲਡੀ ਤਲਵੰਡੀ ਤੋਂ, ਨਾਂ ਗੋਲਡੀ। ਬਸ ਤੋਰ ਲਾ ਗੱਲਬਾਤ, ਲੱਗ ਗਿਆ ਜਗਾੜ। ਬਸ ਮੇਰੇ ਸਾਲੇ ਦੀ ਮੈਨੂੰ ਹੱਕ ਪੈਣ ਲੱਗ ਗਈ। ਲੈ ਭਾਨੋ ਸੁਣ ਲਈ ਤੇਰੀ ਰੱਬ ਨੇ, ਮੈਂ ਤੇਰੇ ਲਈ ਲਿਆਇਆ ਸੀ ਗਿਆ ਚੈਰੋਂ ਚੱਕਰ ਪਿਆਰੇ ਚੱਕ ਲੈਂਦੀ ਮੁੰਡਿਆਰੇ ਨੀ। ਹਾਏ ਵੇ ਚੀਚਾ, ਇੰਨਾ ਬਣ ਠਣ ਕੇ ਕਿੱਥੇ ਚੱਲਿਆ? ਮੈਂ ਤੇਰੀ ਸਾਲੀ ਤੇ ਘਰ ਵਾਲੀ। ਹਾਏ ਨੀ ਸਾਲੀਏ ਤੇ ਘਰ ਵਾਲੀ, ਜਦੋਂ ਮੇਰਾ ਵਿਆਹ ਹੋਇਆ ਉਦੋਂ ਤੂੰ ਕਿੱਥੇ ਸੀ? ਚੀਚਾ ਜਦੋਂ ਤੇਰਾ ਵਿਆਹ ਹੋਇਆ ਨਾ ਮੇਰੀ ਭੂਆ ਦੀ ਕੁੜੀ ਦੇ ਨਾਲ, ਉਦੋਂ ਤਾਂ ਮੈਂ ਪਾਲੀ ਛੋਟੀ ਸੀ, ਜੇ ਕਿਤੇ ਵੱਡੀ ਹੁੰਦੀ ਤੇ ਸੱਚੀ ਮੈਂ ਤੇਰੇ ਨਾਲ ਵਿਆਹ ਕਰਾ ਲੈਣਾ ਸੀ। ਤੇਰਾ ਬਹਿ ਗਿਆ, ਉਹ ਤੇਰੀ ਭੈਣ ਐਡੀ ਕਲਸ਼ਣੀ, ਸਾਰੇ ਟੱਬਰ ਨੂੰ ਖੂੰਜੇ ਲਾ ਗਈ, 2 ਲੱਖ ਰੁਪਈਆ ਲੈ ਗਈ, ਨਾਲੇ ਭੱਜੀ ਵੀ ਉਹਦੇ ਬੰਦੇ ਨਾਲ ਜਿਹਨੂੰ ਭਰਾ ਕਹਿੰਦੀ ਹੁੰਦੀ ਸੀ, ਸਾਰੇ ਟੱਬਰ ਦਾ ਬੇੜਾ ਗਰਕ ਕਰਦੀ ਤੇਰੀ ਭੈਣ। ਖਬਰਦਾਰ, ਜੇ ਮੇਰੀ ਭੈਣ ਬਾਰੇ ਕੁਛ ਬੋਲਿਆ ਤਾਂ ਕਿਵੇਂ ਚਬੜ ਚਬੜ ਬੋਲੀ ਜਾਂਦਾ। ਮੈਂ ਚਬੜ ਚਬੜ ਬੋਲੀ ਜਾਂਦਾ? ਉਹ ਬੋਲਦਾ ਨਾ ਹੈ, ਸਾਰੇ ਟੱਬਰ ਨੂੰ ਤਾਂ ਸੂਲੀ ਦੇ ਚੜਾ ਗਈ, ਤੇਰਾ ਸੁਭਾਅ ਚੰਗਾ ਸੀ, ਤੂੰ ਵੀ ਚਾਰੇ ਚੱਕ ਕੇ ਆਉਣੀ ਆ। ਹਾਏ ਵੇ ਚੀਜ਼ਾ, ਤੂੰ ਕਾਹਤੋਂ ਗੁੱਸੇ ਹੁੰਦਾ ਨਾ? ਮੈਂ ਤਾਂ ਤੇਰੇ ਨਾਲ ਲੜਦੀ ਨੀ, ਐਵੇਂ ਲੜੀ ਜਾਂਦਾ ਮੇਰੇ ਨਾਲ। ਮੈਂ ਕਾਹਨੂੰ ਲੜਦਾ? ਉਹ ਆ ਗੱਲ ਸੁਣ, ਹੌਲੀ ਬੋਲ, ਅੰਦਰ ਬੈਠੀ ਆ ਭਾਨੋ, ਆ ਬੁੜਾ ਬੈਠਾ ਉਹੀ ਲੱਗਦਾ ਵੀ ਇਹਨੂੰ ਉੱਚਾ ਸੁਣਦਾ, ਸਵਾਦ ਲੈਂਦਾ ਸਾਰੀਆਂ ਗੱਲਾਂ ਦੇ। ਹੌਲੀ ਬੋਲ, ਜੇ ਘਰੇ ਪਤਾ ਲੱਗਾ ਨਾਲੇ ਤੇਰੇ ਚਿੱਤਰ ਪੈਣਗੇ ਨਾਲੇ ਮੇਰੇ ਪੈਣਗੇ। ਕੌਣ ਵੀ ਚੀਜ਼ਾ, ਕਿਸੇ ਨੂੰ ਕੀ ਪਤਾ, ਮੈਂ ਤਾਂ ਤੈਨੂੰ ਬੜਾ ਹੀ ਪਿਆਰ ਕਰ। ਕਿੰਨਾ ਕੁ? ਬੜਾ ਸਾਰਾ। ਸੱਚੀ ਪਿਆਰ ਕਰਦੀ ਆ? ਮੇਰੀ ਨਿਗਾਹ ਤੂੰ ਗੱਲ ਕਰ ਤੇ ਫਿਰ ਆਪਣਾ ਰਿਸ਼ਤਾ ਚੜਾ ਦੇ ਸਿਰੇ। ਹੋਰ ਸੁਣਾ ਪਿਆਰ ਕਰਦੀ ਹੈ ਕਿ ਪਾਨੇ ਤੇ ਹੋ ਮਾਰੀ ਦੀਆ। ਰੂੜੀ ਬਣੀ ਬੈਠੀ ਆ, ਉਸੇ ਨੂੰ ਹੀ ਚੱਕਣਾ।
ਮੁੰਡਾ ਥੋੜਾ ਜਿਹਾ ਪੈਰ ਤੋਂ ਨਾ ਹੈਲੀਕਾਪਟਰ ਚੱਲ ਜੂਗਾ ਭਲਾ ਚੱਲ ਜੂਗਾ ਨੀ ਬਾਕੀ ਤਾਂ ਜਮਾ ਸਿਰਾ ਚੱਲ ਠੀਕ ਹੈ ਮੈਂ ਕਰਦੀ ਆ ਬਾਕੀ ਦੀ ਗੱਲ ਠੀਕ ਹੈ ਜੀ ਚੰਗਾ ਜੀ ਠੀਕ ਹੈ ਜੀ ਆਏ ਉੜਦੀ ਫਿਰਾ ਹਲੇ ਤੱਕ ਪਰਮਿੰਦਰ ਨੀ ਆਈ ਕਿ ਪਤਾ ਨੀ ਕਿੱਧਰ ਕਬੱਡੀ ਖੇਡਣ ਉੜ ਜਾਂਦੀ ਹੈ ਖਾਸ ਦੀਦੀ ਦਾ ਵਿਆਹ ਹਲੇ ਮੈਂ ਬਿਊਟੀ ਪਾਰਲਰ ਵੀ ਜਾਣਾ ਹੈ ਕੱਟੇ ਕੱਟੇ ਵਾਲ ਬੈਠਕ ਕਰਾਉਣੀ ਕੌਣ ਦਾ
ਓ ਡਰੀ ਗਿਆ ਮੇਰਾ ਸਾਲਾ ਵਾਈਬ੍ਰੇਸ਼ਨ ਤੇ ਲੱਗਿਆ ਪਿਆ ਜੱਗੇ ਜਗਾੜੀ ਜਾ ਹੈਲੋ ਹੈਲੋ ਭਾਨੇ ਕਿਵੇਂ ਹਾਂ ਹਾਂ ਭਾਨਾ ਬੋਲਦਾ ਕੀ ਹਾਲ ਹੈ ਜੱਗੇ ਜਮਾਂ ਵਧੀਆ ਬੇਬੀ ਮੈਂ ਤੇਰੇ ਨਾਲ ਗੱਲ ਕਰਨੀ ਸੀ ਮੈਂ ਚੱਲਿਆ ਚੁੱਪੀ ਅੱਛਾ ਕੀ ਕਰਨਾ ਯਾਰ ਤੈਨੂੰ ਪਤਾ ਹੀ ਆਪਣਾ ਕੰਮ ਇਹੋ ਜਿਹਾ ਉਹਦੇ ਤੇ ਤਿੰਨ ਚਾਰ ਤੀਵੇਂ ਦਾ ਸੌਦਾ ਹੋਇਆ ਵਾ ਲੈ ਕੇ ਆਉਣਾ ਫੈਕਟਰੀਆਂ ਵੀ ਹੁੰਦੀਆਂ ਇੱਧਰ ਠੀਕ ਆ ਤੇ ਆਪਣਾ ਕਿਵੇਂ ਉੱਧਰ ਆ ਯਾਰ ਤੂੰ ਬੇਫਿਕਰ ਰਹਿ ਯਾਰ 16 ਫਰਵਰੀ ਨੂੰ ਬਰਾਤ ਪਹੁੰਚੂਗੀ ਠੀਕ ਆ 16 ਫਰਵਰੀ ਜਾਣੀ ਵਿਆਹ ਦੀ ਡੇਟ ਬੰਨ ਤੀ ਠੀਕ ਆ ਕਰ ਲਗੇ ਤਿਆਰੀ ਫਿਰ ਅਸੀਂ ਹਾਂ ਮੈਂ ਮੁੰਡੇ ਦੀ ਡਿਊਟੀ ਲਾਤੀ ਆ ਤੇ ਮੈਂ ਸਿੱਧਾ 16 ਫਰਵਰੀ ਨੂੰ ਪਹੁੰਚੂ ਬਸ ਠੀਕ ਆ ਅਸੀਂ ਤਿਆਰੀ ਰੱਖਾਂਗੇ ਪੂਰੀ ਪੈਸੇ ਨਾ ਮੁੰਡੇ ਨੂੰ ਭਰ ਦੇ ਹਾਂ ਹਾਂ ਮੈਂ 5000 ਰੁਪਇਆ ਫੜਾ ਦੂੰਗਾ ਯਾਰ ਹਾਂ ਅੱਛਾ ਗੱਲ ਸੁਣ ਜਿਹੜੀ ਤੂੰ ਪਹਿਲਾਂ ਗੱਲ ਦੱਸੀ ਸੀ ਵੀ ਯੂਪੀ ਚੋਂ 3 ਜਨਾਨੀਆਂ ਲੈਣ ਚੱਲਿਆ ਆਪਣੇ ਬਾਈ ਦਾ ਵੀ ਖਿਆਲ ਰੱਖ ਲਈ ਪਪਾ ਨੇ ਗੱਲ ਕਿਹੜੀ ਕੀਤੀ ਆ 3 ਤੀਵੀਆਂ ਲੈ ਕੇ ਆਉਣੀਆਂ ਜਿਹੜੀ ਚੰਗੀ ਲੱਗੂ ਉਹ ਰੱਖ ਲਈ ਮੇਰੀ ਗੱਲ ਸੁਣੋ ਉਹਦੇ ਪੈਸੇ ਵੱਖਰੇ ਲੱਗਣੇ ਇਹਨਾਂ ਹੋ ਗਏ ਵੀ 5000 ਦੀ ਕੋਈ ਨੀ ਯਾਰ ਜੱਗੇ ਪੈਸੇ ਮੈਂ ਹੋਰ ਦੇ ਦੂੰਗਾ ਬੇਫਿਕਰ ਹੈ ਚੱਲ ਠੀਕ ਹੈ ਬਸ ਠੀਕ ਹੈ ਬਸ ਮੇਰਾ ਸਾਲਾ ਬੁਰਾ ਹੋਇਆ ਵਾ ਭਾਲ ਦਾ ਡੋਲਾ ਮੇਰਾ ਸਾਲਾ ਅਗਲਾ ਕੋਈ ਕੰਮ ਨੀ ਛੱਡਦਾ ਵਿਆਹ ਇਹ ਕਰਾਉਂਦਾ ਹੈ ਯੂਪੀ ਚ ਲਿਆ ਕੇ ਜਨਾਨੀਆਂ ਇਹ ਵੇਚਦਾ ਡੋਡੇ ਫੀਮ ਇਹ ਵੇਚਦਾ ਗੋਲੀਆਂ ਇਹ ਵੇਚਦਾ ਤੇਰਾ ਸਾਲਾ ਭੁੱਖਾ ਫੇਰ ਮਰਦਾ ਚੱਲ ਕੋਈ ਨੀ ਯੂਪੀ ਚੋਂ ਜਨਾਨੀ ਲੈ ਕੇ ਆਊਗਾ 16 ਫਰਵਰੀ ਤੁਹਾਨੂੰ ਤੇ ਵਿਆਹ ਦੇ ਫਿਕਰ ਨੇ ਵਾਲ ਡਾਤੇ ਹਾਈ ਕੱਟ ਕੱਟ ਗੁੱਡ ਮਾਰਨਿੰਗ ਮਾਰਨਿੰਗ ਕਿਵੇਂ ਆ ਗੁੱਗਲ ਵਧੀਆ ਤੁਸੀਂ ਦੱਸੋ ਮੇਰੇ ਗੁੱਗਲ ਮੁੱਗਲ ਪਲੀਜ਼ ਕੱਟ ਪਾਪਾ ਹੁਣ ਤੁਸੀਂ ਨਾ ਬੁੱਢੇ ਹੋ ਗਏ ਹੋ ਜਵਾਕਾਂ ਵਾਲੇ ਕੰਮ ਕਰਦੇ ਰਹਿੰਦੇ ਹੋ ਦਿਲ ਤਾਂ ਜਵਾਨ ਹੀ ਹੈ ਨਾ ਬੜੀ ਨਿਕਰਦੀ ਜਾਂਦੀ ਆ ਗੁੱਗਲ ਅਮਰੀਕਾ ਚ ਕਰੀਮ ਲੈ ਕੇ ਆਉਂਦੀ ਆ ਨਿੱਤ ਲਾਉਣੀ ਕਰਕੇ ਉੱਠੀ ਅੱਛਾ ਠੀਕ ਹੈ ਫਿਰ ਐਵੇਂ ਅਮਰੀਕਾ ਤੋਂ ਲੈ ਕੇ ਲਓ ਵਾਟਰ ਪਾਪਾ ਮੈਂ ਵੀ ਤੇਰਾ ਗੋਡਾ ਮਾਰਦੀ ਆ ਜੁੱਤੀਆਂ ਵੀ ਖਾਏਗੀ ਉਹਨੇ ਗੋਡਾ ਮਾਰਨੀ ਕਿਹਾ ਉਹਨੂੰ ਕੁਛ ਨੀ ਕਿਹਾ ਮੈਨੂੰ ਕਹਿੰਦਾ ਜੁੱਤੀਆਂ ਖਾਏਗੀ ਉਹ ਸੋਪਾ ਨੂੰ ਗੋਡਾ ਮਾਰਨੀ ਨਹੀਂ ਗੁੱਡ ਮਾਰਨਿੰਗ ਹੁੰਦਾ ਸਵੇਰ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੇਖ ਲੈ ਭਾਨੂੰ ਉਸ ਦਿਨ ਮੈਂ ਤੇਰੇ ਨਾਲ ਕਮੈਂਟਮੈਂਟ ਕਰਕੇ ਗਈ ਸੀ ਨਾ ਮੇਰੀ ਪੂਰੀ ਵਾਹ ਲੱਗੀ ਪਈ ਆ ਮੈਂ ਸੋਸ਼ਲ ਮੀਡੀਆ ਤੇ ਤੇਰੀਆਂ ਬਹੁਤ ਸਾਰੀਆਂ ਪੋਸਟਾਂ ਪਾਈਆਂ ਵਾ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਵਟਸਐਪ ਸਭ ਤੇ ਤੇਰੀਆਂ ਫੋਟੋਆਂ ਪੋਸਟ ਕਰ ਦਿੱਤੀਆਂ ਵਾ ਅੱਛਾ ਹੁਣ ਦੇਖੀ ਤੇਰੇ ਲਈ ਇੱਕ ਨਵਾਂ ਜਿਹਾ ਸਮਾਰਟ ਜਿਹਾ ਮੁੰਡਾ ਲੱਭਿਆ ਮੈਂ ਮੁੰਡੇ ਦਾ ਨਾਮ ਨਾ ਗੋਲਡੀ ਹੈ ਆਪਣਾ ਤਲਵੰਡੀ ਤੋਂ ਅੱਛਾ ਮੁੰਡਾ ਹੈਂਡੀ ਪਾਕਟ ਆ ਹੈਂਡੀਕੈਪ ਹੈ ਪਰ ਤੁਹਾਨੂੰ ਕਿੱਦਾਂ ਪਤਾ ਹੈ 10 ਪਏ ਸੀ ਹਾਂ 10 ਪਏ ਸੀਗੀ ਸਾਨੂੰ ਵੈਸੇ ਭਾਨੂੰ ਤੇਰੇ ਨਾਲ ਮੁੰਡਾ ਹੈ ਜਾਂ ਮੋ ਗੋਲ ਫੜਾ ਮੇਰੂ ਮੂੰਹ ਤਾਂ ਹਾਂ ਗੂਗਲ ਮਾਤਾ ਮੇਰੇ ਪਿਓ ਮੈਂ ਕੋਲੇ ਬੈਠੀ ਤਾਂ ਕਮ ਮੁੰਡਾ ਤੇਰੇ ਨਾਲ ਡੰਗਾ ਹੋ ਫੇਰ ਸ਼ਰਮ ਨਹੀਂ ਆਉਂਦੀ ਤਾਂ ਇਹਨੂੰ ਪਾਪਾ ਤਾਂ ਤੇਰਾ ਆਪ ਮੇਰੇ ਤੇ ਆਪਾਸ ਕੀ ਕਰਦਾ ਸ਼ਰਮ ਕਰ ਲਾ ਕਸ ਚਿੱਟੀ ਦਾੜੀ ਆ ਗਈ ਤੇਰੇ ਜਿਆਦੀਆਂ ਗੱਲਾਂ ਤਾਂ ਨਹੀਂ ਮੈਨੂੰ ਪਤਾ ਆਉਂਦੀ ਫਰਵਰੀ ਦੀ 16 ਤਰੀਕ ਨੂੰ ਨਾ ਆਪਾਂ ਭਾਨੋ ਦੇ ਵਿਆਹ ਦੀਆਂ ਫੁੱਲ ਤਿਆਰੀਆਂ ਕਰਨੀਆਂ ਵਾ 5 ਬੰਦੇ ਆਉਣਗੇ ਬਰਾਤ 'ਚ ਤੇ 6ਵੀਂ ਭਾਨੋ ਹੋ ਗਈ ਤੇ ਕੁੜੀ ਨੂੰ ਆਪਾਂ 5 ਕੱਪੜਿਆਂ ਵਿੱਚ ਤੋਰਨਾ 5 ਕੱਪੜਿਆਂ 'ਚ ਕਿਉਂ 3 ਕੱਪੜੇ ਹੁੰਦੇ ਆ ਇੱਕ ਸਲਵਾਰ ਇੱਕ ਕੁੜਤੀ ਤਾਂ ਚੁੰਨੀ 5 ਕੱਪੜੇ ਕਿਵੇਂ ਹੋਏ ਓਫੋ ਭਾਨੋ ਇਹਨੇ ਜਵਾਂ ਅੱਛਾ 3 ਕੱਪੜੇ 5 ਕੱਪੜੇ 1 ਸਲਵਾਰ ਤੇ ਕੁੜਤੀ ਤੇ ਚੁੰਨੀ ਤੇ ਮਤਲਬ ਵਿਆਹ ਦੀ ਤਿਆਰੀ ਹੈ ਭਾਨੋ ਦੇ ਵਿਆਹ ਦੀ ਤਿਆਰੀ ਹੈ ਗੂਗਲ ਚੱਲ ਠੀਕ ਆ ਮੈਂ ਕਰਦੀ ਮੈਂ ਹੋਰ ਵੀ ਕੋਈ ਖਰਚਾ ਕਰਨੀ ਮੈਂ ਵਿਹਲੀ ਨਹੀਂ ਹੈਗੀ ਓਕੇ ਸ਼ਰਮ ਕਰ ਲਾ ਬਰਾਬਰ ਦੀ ਧੀ ਬੈਠੀ ਆ ਤੇਰੇ ਕੋਈ ਆਂਢ ਗੁਆਂਢ ਤੈਨੂੰ ਬੁੜੀ ਨਹੀਂ ਬੁਲਾਉਂਦੀ ਸ਼ਰਮ ਕਰ ਲਾ ਕੱਲ ਨੂੰ ਮੈਂ ਬਗਾਨੇ ਘਰੇ ਉੱਠ ਜਾਣਾ ਮੁੜ ਕੇ ਕਿਸੇ ਨੇ ਸਿਰ ਚ ਮਾਰਿਆ ਨਾ ਰੋੜਾ ਤੇ ਮਤੀਰੇ ਵਾਂਗੂ ਖਿਲਾਰ ਦੇਣਗੇ ਆਹੋ ਫਿਰ ਦੰਦ ਜੇ ਕੱਢੀ ਜਾਂਦਾ ਬੈਠਾ ਜਾ ਪੱਠੇ ਲਿਆ ਜਾ ਕੇ ਵਿਆਹ ਹੋ ਗਿਆ ਸਹੀ
ਇਹ ਗੁੱਗਲਾ ਆਪ ਆਉ ਭੱਜ ਕੇ ਘਰੇ। ਅੱਜ ਪਤਾ ਲੱਗੂ ਸਾਲੇ ਹੁੰਦੇ ਕੀ ਚੀਜ਼ਾਂ, ਸਾਲੇ ਹੁੰਦਾ ਕੀ ਚੀਜ਼ਾਂ, ਕੰਮ ਤੁਹਾਡਾ ਪਿਓ ਕਰੂ, ਆ ਕੁਰਸੀਆਂ ਲਾਓ ਲੈਣ ਚ, ਬਰਾਤ ਆਉਣ ਵਾਲੀ ਆ। ਗੱਲ ਸੁਣ ਲਾ ਪਰੌਣੇ, ਤੇਰਾ ਸਹੁਰਾ ਲੱਗਦਾ ਈ ਸਾਡਾ ਪਿਓ, ਮੇਰਾ ਸਾਲੇ ਪਿਓ ਦਾ ਨਾ ਸਾਲੇ। ਕੰਮ ਕਰ ਲੈਂਦੇ ਕੋਟਲੀ ਖਾਣੀ, ਕਰੋ ਕੁਰਸੀਆਂ ਲਾਓ ਲੈਣ ਚ, ਲਾਓ ਬਰਾਤ ਆਉਣ ਵਾਲੀ ਆ, ਮੇਰੇ ਸਾਲੇ ਹੋਰ ਹੀ ਡਾਇਲੋਗ ਬੋਲੀ ਜਾਂਦੇ ਆ। ਪਾਪਾ ਕਿੱਥੇ ਆ? ਓ ਪਾਪਾ ਇੱਧਰ ਦੀ ਬੌਕਰ ਮਾਰਨੀ, ਆ ਮੈਂ ਆਉਣਾ। ਅੱਜ ਪਤਾ ਲੱਗੂ ਸਾਲੇ ਹੁੰਦੇ ਕੀ ਚੀਜ਼ ਆ। ਅੱਛਾ ਮੈਂ ਦੱਸਦਾ ਕੀ ਚੀਜ਼, ਖਾ ਕੇ ਪੰਜ ਪੰਜ ਕਿਲੋ ਪਕੌੜੇ, ਇਹ ਸਾਲੇ ਹੁੰਦੇ ਕੀ ਚੀਜ਼ ਆ। ਟੇਬਲ ਥੋੜਾ ਪਿਓ ਲਾ, ਚੋ ਲਾਓ ਟੇਬਲ ਤੇ। ਗੱਲ ਸੁਣ ਲਾ ਮਾਸੜਾ, ਟੇਬਲ ਅਸੀਂ ਲਾ ਦਿੰਦੇ ਆ ਪਰ ਸਾਲੇ ਭਾਨੇ ਦੇ ਹੀ ਤੇਰੇ ਨੀ। ਚੱਲ ਠੀਕ ਹੈ ਭਾਨੇ ਦੇ ਸਾਲੇ, ਚਲੋ ਫਿਰ ਟੇਬਲ ਲਓ, ਚਲੋ ਚਲੋ ਸ਼ਾਬਾਸ਼। ਉਹ ਭਾਨੇ ਯਾਰ ਚੌਂਕ ਚ ਨਾ ਕਲੀ ਦੇ ਨਾਲ ਲਿਖਦੀ ਵੈਲਕਮ, ਉਹ ਜੀ ਇਹਨੂੰ ਯਾਰ ਰੂੜੀ ਚੱਕਣੀ ਆਏ। ਗੋਭੀ ਦੇ ਪਕੌੜੇ ਤਲ ਲੈਣੇ, ਨਿਆਲ ਜਲੇਬੀਆਂ ਕੱਢ ਦਿੰਦੇ ਆ, ਠੀਕ ਹੈ ਰਸਗੁੱਲੇ ਗੁਲਾਬ ਜਾਮਣ ਬਰਫ ਕਿਆ, ਰਸਗੁੱਲੇ ਗੁਲਾਬ ਜਾਮਣ ਬਰਫ ਕੇ ਜੀਭ ਤੇਰੀ ਆਪ ਦੀ, ਮੂਤ ਦੀ ਆ ਚੌੜ ਆ ਆਪ ਦੀ, ਤੂੰ ਆਪ ਖਾਣੇ ਆ, ਇੰਨੇ ਪੈਸੇ ਲਾਵਾਂਗੇ ਕਿੱਥੋਂ। ਹੁਣ ਮੇਰੀ ਗੱਲ ਸੁਣ, ਪਕੌੜੇ ਚੱਲਣਗੇ ਤੇ ਨਾਲ ਚਿਆ ਤੇ ਨਾਲ ਆਪਣਾ ਕੀ ਕਹਿੰਦੇ ਹੁੰਦੇ ਆ ਨੂੰ, ਜਾਣਾ ਕਾਫੀ ਕਰ ਲਾ, ਕਾਫੀ ਕਰ ਲਾ, ਕਹਿੰਦੀ ਚਾਹ ਪੀ ਲੈਣਗੇ ਕਾਫੀ ਕਰ ਲਾ, ਪੰਜ ਤਾਂ ਬੰਦੇ ਆਉਣੇ ਆ ਸਾਰੇ। ਮੇਰੀ ਗੱਲ ਸੁਣ, ਜਿਹੜਾ ਸਮਾਨ ਆ ਧਿਆਨ ਰੱਖਣਾ, ਵੀ ਉਹ ਜਦੋਂ ਹੀ ਬਰਾਤ ਮੁੜੀ ਨਾਲ ਦੀ ਨਾਲ ਹੀ ਅੰਦਰ, ਆਪਾਂ ਖਾਵਾਂਗੇ ਬਾਅਦ ਚ, ਦਾਰੂ ਕਿਹੜੀ ਚੱਲੂ, ਦਾਰੂ ਮੋਟਾ ਸੰਤਰਾ ਗਈ ਆ, ਮੈਂ ਚਾਰ ਕਬੂਤ ਦੋ ਪੇਟੀਆਂ ਮੈਂ ਹੀਰ ਦੀਆਂ ਲਿਆ ਹੈ ਧਾਰ, ਆਪਾਂ ਕਿਹੜਾ ਪੈਸੇ ਦੇਣੇ ਨਾ ਟੈਂਟ ਵਾਲੇ ਨੂੰ, ਆਪੇ ਗੇੜੇ ਮਰੀ ਜਾਣਗੇ। ਅੱਛਾ ਗੱਲ ਸੁਣ ਯਾਰ, ਅੱਜ ਤਾਂ ਤੇਰੀ ਮਾਂ ਦੀ ਤੇਰੀ ਦੀ ਤੇਰੀ ਮਾਂ ਦੀ ਬਹੁਤ ਯਾਦ ਆਈ ਜਾਂਦੀ ਹੈ ਪਾਪਾ, ਇਹ ਜੇ ਟਾਈਮ ਤੇ ਯਾਦ ਆਉਂਦੀ ਹੁੰਦੀ ਹੈ, ਮੈਨੂੰ ਤਾਂ ਮੇਰੀ ਮਾਂ ਦੀ ਆਪ ਬਹੁਤ ਯਾਦ ਆਈ ਜਾਂਦੀ ਹੈ। ਅੱਛਾ ਮੇਰੀ ਗੱਲ ਸੁਣ, ਗੁਰਦਿੱਤ ਨੂੰ ਕਾਰਡ ਦਿੱਤਾ ਸੀ? ਨਾ ਮੈਂ ਨਹੀਂ ਦੇਣਾ। ਕੀ ਗੱਲ? ਮੇਰੇ ਸਾਲੇ ਨੇ ਮੇਰੇ ਸਾਈਕਲ ਨੂੰ ਪੈਂਚਰ ਨਹੀਂ ਲਾਇਆ। ਲਾਇਆ ਨਹੀਂ ਤੇਰੇ ਸਾਈਕਲ ਨੂੰ ਪੈਂਚਰ, ਮੇਰਾ ਖਾਸ ਜਾ ਰਿਹਾ ਯਾਰ, ਮੈਂ ਕਿਹਾ ਇੱਥੇ ਤਾਂ ਮਰਨ ਮਰਾਉਣ ਹੋ ਜੂ ਜੇ ਗੁਰਦਿੱਤਾ ਵੜ ਗਿਆ। ਕੋਈ ਨੀ ਫਿਰ ਮੈਂ ਬਚਨੇ ਨੂੰ ਵੀ ਨਹੀਂ ਸੱਦਣਾ। ਆ ਕੀ ਗੱਲ ਹੋਈ, ਬਚਨੇ ਨੂੰ ਤਾਂ ਸੱਦਣੇ ਪਏ। ਕਿਉਂ ਯਾਰ, ਮੇਰਾ ਸੱਜਣ ਉਹ ਯਾਰ, ਜਦੋਂ ਮੇਰੀ ਗੱਲ ਸੁਣ, ਮੇਰਾ ਯਾਰ ਨਹੀਂ ਆਉਂਦਾ, ਤੇਰਾ ਯਾਰ ਨੇ ਵੀ ਨਹੀਂ ਆਉਣਾਗਾ। ਨਹੀਂ ਆਊਗਾ ਗੁਰਦਿੱਤਾ। ਚੱਲ ਫਿਰ ਤੂੰ ਵੀ ਸੱਦ ਲੈ, ਮੈਂ ਵੀ ਸੱਦ ਲੈਂਦਾ। ਅੱਛਾ ਆਰਕੈਸਟਰਾ ਵੀ ਲਵਾ ਲਈਏ। ਅਰੇ ਭੰਗਿਆ, ਐ ਕਰੀ ਤੋ ਮੋਟੇ ਮੋਟੇ ਪੈਗ ਲਵਾ ਦੀ, ਠੀਕ ਹੈ? ਕੀ ਤੇਰਾ ਬਾਪੂ ਪਾਉਂਦਾ ਧਮਾਲ, ਆ ਬੈਟ ਬੁੜੇ ਤੇ ਟਾਂਗੇ ਤੇ ਤੈਨੂੰ ਸੈਰ ਕਰਾਵਾਂਗੀ, ਤੈਨੂੰ ਸੈਰ ਕਰਾਵਾਂਗੀ। ਬਾਬਾ ਬਾਬਾ, ਮੈਂ ਤਾਂ ਆਪ ਤਿੰਨ ਚਾਰ ਲਾ ਕੇ ਮੋਟੇ ਜੇ, ਮੈਂ ਵੀ ਫਿਰ ਇਸੇ ਗਾਣੇ ਤੇ ਨੱਚੂ, ਕਿਹੜੇ ਦੇ? ਆ ਬੈਟ ਭਾਨੇ ਦੇ ਟਾਂਗੇ ਤੇ ਤੈਨੂੰ ਸੈਰ ਕਰਾਵਾਂਗੀ, ਤੈਨੂੰ ਸੈਰ ਕਰਾਵਾਂਗੀ। ਚੱਲ ਆ ਤੇਰੇ ਸਾਲੇ ਪਲ ਨਕੰਮੇ ਆ, ਪਕੌੜੇ ਖਾ ਗਿਆ ਤੂੰ। ਅੱਜ ਪਤਾ ਲੱਗੂ ਸਾਲੇ ਹੁੰਦੇ ਕੀ ਚੀਜ਼ ਆ। ਤੁਸੀਂ ਕਟਾਉਣਾ, ਠੀਕ ਆ,
ਮੰਨ ਕੇ ਚੱਲੋ ਵੀ ਰੀਬਣਾ ਛੇਤੀ ਕਰੋ ਫਿਰ ਚਾਹ ਵੀ ਪਿਆਉਣੀ ਆਨੰਦ ਕਾਰਜਾਂ ਨੂੰ ਲੇਟ ਹੋ ਜਾਂਦੇ ਆ 5500 ਸਗਨ ਦੋ ਰਿਬਨ ਕੱਟੀ ਕੇ ਕੈਂਚੀ ਦਿਓ ਸਗਨ ਦੋ 5500 ਦੇ ਦੇ 5500 5500 ਰੁਪਈਆ ਹਲੋ ਆ ਕੀ ਕੀਤਾ ਨੀਆਂ ਕਿੱਥੇ ਆ ਮੁੰਡੇ ਲਿਆ ਕੇ ਖੜੇ ਕਰ ਤੋ ਵੀ ਆਪਦੀ ਓ ਸਾਲਗੇ ਤੁਹਾਡੇ ਹੀ ਮੁੰਡੇ ਆ ਕੋਈ ਗੱਲ ਨਹੀਂ ਹੁਣ ਮੇਰੀ ਗੱਲ ਸੁਣ ਕੁੜੀਆਂ ਦੀ ਕਮੀ ਆ ਕੁੜੀਆਂ ਵੀ ਹੈਗੀਆਂ ਉਹ ਅੰਦਰ ਕੰਮ ਧੰਦਾ ਕਰ ਰਹੀਆਂ ਮੁੰਡੇ ਵਿਹਲੇ ਸੀ ਨਾਲੇ ਕੁੜੀਆਂ ਦੀ ਤਾਂ ਵੈਸੇ ਗਿਣਤੀ ਘਟੀ ਪਈ ਆ ਇਹ ਮੁੰਡਿਆਂ ਨੂੰ ਵੀ ਕੰਮ ਕਰਨਾ ਪੈਣਾ ਆਉਣ ਵਾਲੇ ਸਮੇਂ ਚ ਕੋਈ ਗੱਲ ਨੀ ਮੁੰਡੇ ਵੀ ਕੁੜੀਆਂ ਆ ਗਈ ਆ ਫਿਰ ਵੀ ਤੇਰੇ ਭਰਾ ਹੈ ਅੱਛਾ ਕਿੰਨੇ ਰਣਿਆ ਬਈ 5500 ਦੇ ਦੇ ਸਾਲ ਕੇ 5500 ਬਾਲਾ 5500 ਜੈ ਜੈਜ ਕਰੋ ਸ਼ਰਮ ਕਰੋ ਮਾੜੀ ਮੋਟੀ ਚੱਲ ਨਾ ਥੋੜੀ ਨਾ ਇਹਨਾਂ ਦੀ 2100 ਦੇ ਦਿਓ ਰੁਪਈਏ ਦੇਣੇ 7 ਲੈਣੇ ਲਿਓ ਨਹੀਂ ਤਾਂ ਦੱਸ ਦੋ 7 ਰੁਪਈਏ ਹਾਂ ਕੱਢ ਮੁੰਡਿਆ ਚਲੋ ਠੀਕ ਹੈ ਟਕਰਾ ਦੇ ਮੂੰਹ ਮਿੱਠਾ ਕਰਾ ਦੇ ਮੂੰਹ ਮਿੱਠਾ ਕਰਾ ਦੇ ਕਰਾ ਦੇ ਓਏ ਆਹੀ ਪਾ ਦੇ ਗੰਦੀ ਵੱਢ ਲਈ ਹੈ ਮੇਰੇ ਸਾਲੇ ਨੇ ਨਾੜਾ ਜਾ ਪਾ ਉਹ ਤਾੜੀ ਨਹੀਂ ਮਾਰੀ ਜਾਂਦੀ ਜੀਜਾ ਚੱਲ ਗੋਲ ਨਹੀਂ ਚੱਲ 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 ਚਾਹ ਵੀ ਹੋਵੇ ਨਾ ਸੱਤੇ ਚਾਹ ਦੇ ਕਿੱਥੇ ਚਾਹ ਦੇ ਕਿੱਥੇ ਚਾਹ ਦੇ ਪਕੌੜੇ ਬਣੇ ਦੇ ਗੋਦੀ ਵਾਲੇ ਚੱਲ ਕਹਿੰਦੀ ਤੇਰੀ ਬਰਾਤ ਆ ਗਈ ਪਰ ਉਹਨਾਂ ਤੇਰੇ ਬਾਲ ਸਰਣਾ
ਉਹ ਮੇਰੇ ਉਸ ਸਾਲੇ ਉਹ ਬਰਾਤ ਬਾਹਰ ਖੜੇ ਉਹਨੇ ਕਿਤੇ ਮੂੰਹ ਚੱਕੇ ਹੈ ਬਰਾਤ ਨਹੀਂ ਇੱਕ ਹੋਰ ਬਾਹਰ ਬਰਾਤ ਆ ਗਈ ਨਹੀਂ ਦੂਜੀ ਆ ਗਈ ਤੇ ਹੋਰ ਆ ਗਿਆ ਨੀ ਮਾਈਸਲ ਕੱਟ ਪਾਪਾ ਤੁਹਾਨੂੰ ਦਾ ਪਾਪਾ ਆਜੋ 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 ਜੀ ਆਇਆਂ ਜੀ ਆਇਆਂ ਕਵੰਜਾ ਸੌ ਰੁਪਇਆ ਕਵੰਜਾ ਸੌ ਤਾਂ ਜ਼ਿਆਦਾ ਹੈ ਪੰਜ ਰੁਪਏ ਹੀ ਦੇਣੇ ਜੇ ਤੁਸੀਂ ਕਹਿੰਦੇ ਹੋ ਤੇ ਤੁਹਾਡੇ ਪੰਜ ਵੀ 5 ਲੱਖ ਰਹਿ ਗਏ ਆ ਲੈ ਲਓ ਮੁੰਡਿਓ ਉਹ ਲੈ ਲਾ ਪੁੱਤ ਲੈ ਲਾ 5 ਰੁਪਏ ਲੈ ਲਓ ਸਾਰੀ ਚੰਗੀ ਆ ਇੱਕ ਵੱਧ ਦਿੱਤਾ 7 ਰੁਪਏ ਆ ਚਲੋ ਕਰਾਮੋ ਮਿੱਠਾ ਪਰਾਉਣੇ ਦਾ ਬੜਦੇ ਪਹਾ ਚਲੋ 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 ਆ ਜਾਓ ਆ ਜਾਓ ਹੈ ਕਿੱਦਾਂ ਚਾਹ ਤੇ ਆ ਜਾਓ ਫਿਰ ਲਾਵਾਂ ਫਿਰ ਵੀ ਕਰਾਂਗੇ ਆ ਦੋ ਬਰਾਤਾਂ ਦੋ ਬਰਾਤਾਂ ਚੱਕ ਦੋ ਮੁੰਡੇ ਹੁਣ ਪਤਾ ਲੱਗੂ ਸਾਲੇ ਹੁੰਦੇ ਕੀ ਚੀਜ਼ ਆ ਮੇਰਾ ਸਾਲੇ ਆਪਣਾ ਜੀ ਤੁਹਾਡੀ ਬਰਾਤ ਭਾਨੇ ਭਗੌੜੇ ਕੱਟ ਪਾਪੇ ਕੇ ਆਈ ਹੈ ਹਾਂਜੀ ਹਾਂਜੀ ਅੱਛਾ ਜੀ ਕੀ ਨਾਂ ਤੁਹਾਡਾ ਗੋਲਡੀ ਜੀ ਕਿਹੜਾ ਪਿੰਡ ਹੈ ਤੇਰਾ ਤਲਵੰਡੀ ਜੀ ਤਲਵੰਡੀ ਹਾਂਜੀ ਤੈਨੂੰ ਸ਼ਰਮ ਨਹੀਂ ਆਉਂਦੀ ਐ ਗੱਲ ਕਰੀ ਦੀ ਜੀਜੇ ਨਾਲ ਚੱਲ ਕੋਈ ਨੀ ਗੁੱਸਾ ਨਾ ਕਰੋ ਭੈਣ ਜੀ ਬਦਤਮੀਜ਼ ਨੌਨਸੈਂਸ ਨਾ ਹੋਵੇ ਤਾਂ ਬੋਲਣ ਦੀ ਭੋਰਾ ਅਕਲ ਨਹੀਂ ਤੈਨੂੰ ਮਾਫੀ ਮੰਗਦਾ ਭੈਣ ਜੀ ਗੁੱਸਾ ਨਾ ਕਰੋ ਚਾਹ ਪਾਣੀ ਪਕੌੜੇ ਗੋਭੀ ਵਾਲੇ ਬਣੇ ਪਕੌੜੇ ਚੱਲ ਕੋਈ ਨੀ ਆ ਜਾ ਪਾਪਾ ਆ ਕਰੀਬਨ ਦਾ ਹੋਰ ਇੰਤਜ਼ਾਮ ਕਰ ਇੱਕ ਗੋਲਡੀ ਹੋਰ ਆ ਗਿਆ ਨਾ ਜੀ ਆ ਜਾ ਜੀ ਆ ਜਾ ਹੈ ਤਾਂ ਮੇਰਾ ਸਾਲਾ ਇਹ ਵੀ ਤਲਵੰਡੀ ਵਾਲਾ ਗੋਲਡੀ ਆ ਚੱਲ ਦੇਖੀ ਜਾਊ ਬਣ ਆ ਗਿਆ ਤੀਜਾ ਆ ਗਿਆ ਤੀਜਾ ਤੁਹਾਡੀਆਂ ਤਾਂ ਸਾਰੀਆਂ ਬਰਾਤਾਂ ਹੀ ਨੰਗ ਆ ਕੋਈ ਨੀ ਕੋਈ ਪ੍ਰਾਹੁਣਾ ਤੁਹਾਡਾ ਜੀਜਾ ਸ਼ਰਮ ਕਰੋ ਜੀ ਮੈਂ ਗੋਲਡੀ ਤਲਵੰਡੀ ਤੋਂ ਜੀ ਮੈਂ ਗੋਲਡੀ ਤਲਵੰਡੀ ਤੋਂ ਜੀ ਮੈਂ ਗੋਲਡੀ ਤਲਵੰਡੀ ਤੋਂ
ਪਾਪਾ ਇਹ ਕੀ ਹੋ ਗਿਆ? ਗੱਲ ਸੁਣ ਲੈ, ਕਿੱਥੇ ਇੱਕ ਨਹੀਂ ਸੀ ਮਿਲਦਾ, ਹੁਣ ਦੋ ਦੀ ਬਜਾਏ ਤਿੰਨ ਭਾਨੋ ਨੇ ਪਤਾ ਨੀ ਕਿਹੜੇ ਬਾਬੇ ਦੇ ਮੂਹਰੇ ਸੁੱਖ ਸੁੱਖ ਲਈ, ਤਿੰਨ ਤਿੰਨ ਆ ਗਏ, ਹੁਣ ਕੀ ਕਰੀਏ? ਮੈਨੂੰ ਤਾਂ ਨੀ ਸਮਝ ਆਉਂਦੀ ਯਾਰ ਭਾਨਿਆ, ਮੇਰੇ ਤਾਂ ਗੱਲ ਨਿਓਜਲ ਚੋਂ ਬਾਹਰ ਹੋਈ ਪਈ ਆ। ਨਿਓਜਲ ਚੋਂ ਬਾਹਰ ਹੋਈ ਆ? ਤਿੰਨੇ ਹੀ ਗੋਲਡੀ, ਤਿੰਨੇ ਹੀ ਤਲਵੰਡੀ ਤੋਂ, ਚੱਕਰ ਕੀ ਆ? ਜ਼ਿਆਦਾ ਵਿਚੋਲੇ ਝੂਠ ਬੋਲਦੇ ਆ, ਆਪਣੀ ਤਾਂ ਸਾਰੇ ਪਿੰਡ ਚ ਲੱਛੀ ਹੋ ਜੂ, ਆਪਣਾ ਕੁੜੀਏ ਇਹ ਚੱਕਰ ਕੀ ਆ ਦੱਸ ਕਾ? ਇਹ ਤਾਂ ਜੀ ਗੋਲਡੀ ਤਲਵੰਡੀ ਸਾਬੋ ਤੋਂ ਹੈ, ਇਹਨਾਂ ਨੂੰ ਪੁੱਛ ਲਓ ਪਤਾ ਨੀ ਕਿੱਥੋਂ ਆ। ਸਾਡਾ ਗੋਡੀ ਤਲਵੰਡੀ ਭਾਈ ਤੋਂ ਹੈ ਤੇ ਇਹ ਤਲਵੰਡੀ ਮੱਲੀਆਂ ਤੋਂ ਆ। ਹੈ ਹਾਏ, ਦੇਖੀ ਤਨ ਤਨ ਪ੍ਰਾਹੁਣੇ, ਦੇਖੀ ਰਬਾਇਆ ਤੂੰ ਕੀ ਕੀਤਾ ਇੱਕ ਨਾਤਾ। ਮੈਂ ਨਾ ਆਪਣੇ ਗੋਲਡੀ ਮਸਾਂ ਸੋਸ਼ਲ ਮੀਡੀਆ ਤੋਂ ਰਿਸ਼ਤਾ ਲੱਭਿਆ ਭਾਨੂੰ ਦਾ, ਤੁਸੀਂ ਆਪਣੇ ਗੋਲਡੀ ਨੂੰ ਚੱਕੋ ਤੇ ਇੱਥੋਂ ਚਲੇ ਜਾਓ। ਤੂੰ ਕੰਮ ਕਰ ਆਪਦਾ ਪਰੇ, ਤੂੰ ਲੈ ਜਾ ਇਹਨੂੰ, ਪਹਿਲਾਂ ਬਰਾਤ ਸਾਡੀ ਆਈ ਆ, ਤੁਸੀਂ ਦਫਾ ਹੋਵੋ। ਅੱਛਾ ਚੱਲ ਚੱਲ ਲੈ ਜਾ ਤੂੰ ਆਪਦਾ ਲੰਗੜਾ ਜਾ ਨਾ। ਅਸੀਂ ਕਿਹੜਾ ਖੁੰਡ ਤੇ ਚੱਕ ਕੇ ਲਿਆਏ ਆ, ਅਸੀਂ ਵੀ ਤਾਂ ਸੱਚ ਕਰਕੇ ਲੱਭਿਆ, ਤੂੰ ਦਫਾ ਹੋ ਜਾ ਇਹਨੂੰ ਲੈ ਕੇ। ਨਾ ਜੇ ਤੁਹਾਡੀ ਬਰਾਤ ਆਈ ਆ ਫੇਰ ਕੀ ਕਰੀਏ, ਇਹਨੂੰ ਲੈ ਕੇ ਇੱਥੋਂ ਦਫਾ ਹੋ ਜਾ, ਗੱਲ ਸਾਡੀ ਹੋ ਜਾਂਦੀ ਤਾਂ ਕਰੋ ਤੇ ਜਾਓ। ਹੁਣ ਤੁਸੀਂ ਦੋਵਾਂ ਨੇ ਜਾਣਾ ਕਿ ਮੇਰਾ ਹੱਥ ਉੱਠ ਜਾ। ਹੋ ਵੇ ਵੇ ਜਿੰਨੇ ਵੀ ਲੜਕੀਆਂ ਆਏ ਉਸਵੇ ਕੀ ਗੱਲ ਹੈ, ਕੀ ਗੱਲ ਨਹੀਂ ਕੀ ਤੂੰ ਆਈ ਵੱਡੀ ਪਾ ਕੇ ਸਾਰੀ ਖੜੀ ਇੱਥੇ ਮੇਰੇ ਸਾਲੇ ਆਪਸ ਵਿੱਚ ਲੜ ਪੈਣ ਲੱਗੇ, ਹੋਰ ਨੇ ਮੇਰੇ ਸਾਲੇ ਤੱਕ ਦਾ ਕਤਲ ਹੋ ਜਾਣ। ਇਹਨਾਂ ਤੂੰ ਨੀ ਸੁਣਾ ਕੰਮ, ਇਹ ਤਾਂ ਹੁਣ ਮੈਂ ਹੀ ਕਰੂੰ। ਮੈਨੂੰ 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 ਮਾੜਾ ਜਿਹਾ ਲੇਡੀਜ਼ ਨੂੰ ਹਟਾਉਣ ਦੇ, ਹਟਾਉਣ ਦੇ। ਪਰਮਿੰਦਰ ਮੇਰੀ ਗੱਲ ਸੁਣ, ਕਬੱਡੀ ਪਲੇਅਰ ਫੜ ਕੇ ਢਾ ਲੈ ਮੇਰੇ ਪਿਓ ਦੀਆਂ ਛੈਲੀਆਂ ਨੂੰ। ਨੀ ਗੁਰਗਲ ਹੈ, ਨੀ ਗੁਰਗਲ ਮਾਤਾ ਹੈ, ਭਲਵਾਨਾਂ ਦੀ ਕੱਟੀ ਵਰਗੀ ਪਈ ਹੈ, ਫੜ ਕੇ ਢਾ ਲੈ, ਵੱਡੀ ਪਲੇਅਰ ਬਣੀ ਫਿਰਦੀ ਹੈ, ਇੱਧਰ ਨੂੰ ਢਾ ਲੈ। ਲਾੜੀ ਲਾਓ ਤਿੰਨੇ ਜਾਣੀਆਂ, ਮੈਂ ਬਾਅਦ ਚ ਆਉਂਦੇ। ਮੈਂ ਮਸਲਾ ਬਹੁਤ ਹੋ ਚੁੱਕਾ, ਲੜਾਈ ਵੱਧਦੀ ਜਾ ਰਹੀ ਹੈ, ਲੱਗਦਾ ਹੁਣ ਮੈਨੂੰ ਸੋਚਣਾ ਪੈਣਾ ਵੀ। ਹਾਏ ਮੇਰਾ ਬਾਬਰ ਕਿਵੇਂ ਕਰੀ ਜਾਂਦਾ ਵਿਚਾਰਾ। ਪਾਪਾ ਘੱਟ ਪਾਪਾ, ਐਂ ਤਾਂ ਲੜਾਈ ਵਾਲੀ ਵੱਜਣੀ ਹੈ, ਆਪਾਂ ਇਹਨਾਂ ਦੀ ਗੇਮ ਕਰਾ ਲਾ ਕੋਈ, ਜਿਵੇਂ ਪੁਰਾਣੇ ਸਮਿਆਂ 'ਚ ਜਿਹੜਾ ਕੋਈ ਵੀਰ ਭੱਦਰ ਇਹਨਾਂ 'ਚੋਂ ਜਿੱਤੂਗਾ ਉਹਦੇ ਨਾਲ ਹੀ ਆਪਾਂ ਆਪਣੀ ਭਾਨੂੰ ਤੋਰ ਲਿਆ। ਬਿਲਕੁਲ ਸਹੀ ਬਾਬਲਾ, ਤੇਰੇ ਸਿਰ ਤੇ ਵੀ ਤਿੰਨ ਤਿੰਨ ਚੰਬੇ ਵਾਰੀਆਂ ਪੈਣੀਆਂ ਸੀ। ਠੀਕ ਹੈ, ਇਹਨਾਂ ਦੀ ਕਰਾ ਦੋ ਗੇਮ, ਹੋ ਜਾ ਫਿਰ ਪਿੱਛੇ। ਚਲੋ ਮੁੰਡਿਓ ਆ ਖੱਟੀਆ ਲਾਈਨ ਆ ਜਾਓ ਸਿੱਧੇ ਹੋ ਕੇ। ਹਾਂ ਸ਼ਾਬਾਸ਼, ਉਹ ਸਾਹਮਣੇ ਗੇਟ ਨੂੰ ਹੱਥ ਲਾ ਕੇ ਆਉਣਾ, ਭੱਜ ਕੇ ਤੁਹਾਡੀ ਲੱਗੂਗੀ ਰੇਸ। ਜਿਹੜਾ ਰੇਸ ਜਿੱਤ ਗਿਆ, ਜਿਹੜਾ ਵੀਰ ਯੋਧਾ ਹੋਇਆ, ਉਹੀ ਪਾਨੂ ਦਾ ਹੱਕਦਾਰ ਹੋਊਗਾ। ਜਿਹੜਾ ਗੇਟ ਨੂੰ ਹੱਥ ਲਾ ਕੇ ਪਹਿਲਾਂ ਮੇਰੇ ਕੋਲ ਆਊਗਾ, ਉਹੀ ਪਾਨੂ ਨੂੰ ਵਿਆਹ ਕੇ ਲਿਜਾਊਗਾ। ਮਨਜ਼ੂਰ ਹੈ? ਮਨਜ਼ੂਰ ਹੈ। ਚਲੋ ਵੀ ਇੱਕ ਦੋ ਮਾੜੀ ਆ ਚੰਦਰਗੜ੍ਹ, ਮੈਨੂੰ ਨੀ ਲੱਗਦਾ ਤੇਰਾ ਵਿਆਹ ਹੋਊਗਾ।
जितूगा उस करावांगे पानो दे लावा फेरे। इस गेम दे विच भी पक्षपात पार्शियलिटी नहीं चलूगी। गेम नवी होगी। तू तो खेल ला। कटप्पे कहन तो पै गया स्यापा। देख दे भानू दा हुण की बनदा। दूर नेड़े तो पहुंचे मेरे रिश्तेदार सज्जन मित्र, सारे इस गल नूं पली पांत जानदे हो कि अज पानो दा विआह बड़ा कसूता फस गया। मैं पहले ही बहुत परेशान है क्योंकि दो गेमां खड़ाईआं सी लाड़िआं दे विच, किसे ना किसे कारण करके ओह गेमां अधूरीआं रहि गईआं ते हुण तीसरी गेम स्टार्ट कीती जाएगी। इह माला जिस लाड़े दे गल दे विच पऊगी उस नाल ही होणगे पानो दे लावां फेरे। हाँ हाँ मेरे बाबला, ओ फैसला तू सही लिया हार वाला। सो गेम तैयार है, बिल्कुल गेम स्टार्ट है। हार सुटन लगा जिदे गल चाहिए ओही होएगा पानो दा असली हकदार। गेम स्टार्ट। तन्ना ही चुंबड़ गया। ओला बाबे दा गोल च पै गया, बाबे दा गोल च। आए किसे कुड़ी दे गाल च पै गया। तेरा की बनूंगा। और पता लगू सारे हुंदे की चीज़ा। पता दी किस्मत दा फैसला हुण तू आप ही करना पता है। कोई नहीं पापा, दिल ना छड्ड। अक्सर नु मैं कट पापा दीती हां। मैं तिन्ना च वाहा मुंडा चुनूंगी जेड़ा फंटास्टिक होऊगा। इटी जवाक के बाबला, इटी जवाक के। देख मेरे नाल हाथ
ਹੱਥ ਹੱਥ ਲੜਾਊਗਾ ਜਿਹੜਾ ਜਿਹੜਾ ਜਿੱਤ ਗਿਆ ਉਹਦੇ ਨਾਲ ਮੈਂ ਵਿਆਹ ਕਰਾ ਲੂੰਗੀ। ਚੱਲ ਬਿਲਕੁਲ ਸਹੀ ਆ, ਆ ਜਾ ਆ ਜਾ। ਚਲੋ ਕਰਦੇ ਆ ਬਰਲਾਵਾ ਫਿਰ। ਮਲੀ ਕਾਂਗਸ਼ਾ ਗੌਰੀ ਨਮੋ ਨਮਾ, ਗੌਰੀ ਨਮੋ ਨਮਾ, ਮਲੀ ਕਾਂਗਸ਼ਾ ਗੌਰੀ ਨਮੋ ਨਮਾ, ਗੌਰੀ ਨਮੋ ਨਮਾ। ਚੱਕਰ ਤਾਂ ਨੀ ਆਉਂਦੇ? ਘਬਰਾਹਟ ਵੀ ਹੁੰਦੀ ਆ? ਹੁੰਦੀ ਆ। ਕੰਜਵੀ ਪੀਣ ਨੂੰ ਜੀ ਕਰਦਾ? ਮੇਰਾ ਤਾਂ ਇਮਲੀ ਖਾਣ ਨੂੰ ਜੀ ਕਰੀ ਜਾਂਦਾ, ਜਾਣੀ ਖੱਟਾ ਖਟੂਆਰ ਖਾਣ ਨੂੰ ਜੀ ਕਰਦਾ। ਕੀ ਹੋਇਆ ਇਹਨੂੰ? ਲੱਗਦੀ ਤਾਂ ਨੀ ਸੀ ਇਹੋ ਜੀ, ਪਰ ਚੰਦ ਚੜਾ ਦਿੱਤਾ ਇਹਨੇ। ਹੋਇਆ ਕੀ ਆ? ਗੂਗਲ ਦੇ ਸਾਰੇ ਸਿੰਟਮ ਇਹੀ ਦੱਸਦੇ ਕਿ ਇਹਦਾ ਪੈਰ ਭਾਰੀ ਆ। ਕੀ ਹੋਇਆ ਗਿਆ? ਮੈਨੂੰ ਤਾਂ ਚੱਕਰ ਆ ਗਿਆ ਸੀ, ਮੈਂ ਪਤਲੇ ਹੋਣ ਵਾਲੀ ਦਵਾਈ ਨੀ ਖਾਂਦੀ, ਉਹਦੇ ਨਾਲ ਮੈਨੂੰ ਚੱਕਰ ਆ ਜਾਂਦਾ, ਨਾਲੇ ਉਲਟੀ ਆ ਜਾਂਦੀ ਆ। ਆਹ ਤਾਂ ਕੁਛ ਹੋਰ ਹੀ ਕਹਿੰਦੀ ਸੀ। ਕੀ ਕਹਿੰਦੀ ਸੀ? ਕੀ ਕਹਿੰਦੀ ਸੀ? ਭਰਾਵਾਂ ਪਿੱਟ ਗਏ ਹੈ ਆਪਾਂ।